साहिब जियो गुरु नानक पाद पंकज बंदन पाद पंकज बंदन सिमरो अंगद दुख निकंदन गुरु अमरदास हृदयनित ध्याओ हृदयनित ध्याओ श्री गुरु राम दास गुण गावो गुरु अर्जुन विघ्नन के नाशक विघ्नन के नाशक श्री हर गोविंद शुभ सुमत प्रकाश श्री हर राय नमो कर जोरी नमो कर जोरी श्री हर कृष्ण मनामो बहोरी गुरु तेग बहादर परम कृपाल वाहे गुरु परम कृपाला श्री गुरु गोविंद सिंह विशाला जियो तरों तरा पर पुन पुन सीसा वाहे गुरु पुन पुन सीसा बंदो वार वार जगदीशा बंदो वार वार जगदीशा जा मैं अमृत ज्ञान है मानक भगत बैराग श्री गुरु ग्रंथ साहिब उदद बंदों कर अनुराग एकंकारा सत गुरु तेहे प्रसाद सच हो वाहे गुरु जी की फतेह विघ्न विनाशन सोए
ਪਤੇ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਏ ਕਰ ਲਾਣੇ ਤੈ ਕੀ ਦਰਦਨ ਆਇਆ ਕਰਤਾ ਸਕਤਾ ਸੀ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ ਖਸਮੈ ਨਦਰੀ ਕੀੜਾ ਆਵੈ ਜੇਤੇ ਚੋਗੈ ਦਾਣੇ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਖੁਰਾਸਾਨ ਖਸਮਾਨ ਕੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਜੁਗਖੋ ਜੁਗ ਅਟਲ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸੰਧਿਆ ਵੇਲੇ ਦੇ ਸਜੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਵੱਡਿਆਂ ਭਾਗਾਂ ਵਾਲੇ ਹੋ, ਸਾਹਿਬ ਦੇ ਚਰਨ ਪਰਸ਼ ਕੇ ਗੁਰੂ ਕਿਰਪਾ ਦੇ ਪਾਤਰ ਬਣ ਕੇ ਜੁੜ ਬੈਠੇ ਹੋ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ, ਉਪਰੰਤ ਸਮਾਂ ਬਣਿਆ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਜੀਵਨ ਇਤਿਹਾਸ, ਉਸ ਦੀ ਵਿਚਾਰ ਦਾ ਕੱਲ ਦੇ ਦੀਵਾਨ ਵਿੱਚ ਜੋ ਵਿਚਾਰ ਅਧੀਨ ਪ੍ਰਸੰਗ ਹੈ, ਇੱਥੋਂ ਤੱਕ ਵਿਚਾਰਿਆ ਹੈ। ਅੰਤਰਜਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਅਹਿਮਨਾਬਾਦ ਹਨ। ਜੋ ਕੁਝ ਵਰਤਾਰਾ ਇੱਥੇ ਵਰਤਣਾ ਹੈ ਸਾਹਿਬ ਪਹਿਲਾਂ ਦੱਸਦੇ ਨੇ, ਫਿਰ ਜਦੋਂ ਬਾਬਰ ਚੜ ਕੇ ਆਇਆ ਉਹਦੇ ਹਮਲੇ ਦਾ ਪ੍ਰਸੰਗ, ਗੁਰੂ ਨਾਨਕ ਸਾਹਿਬ ਨੇ ਅੱਖੀਂ ਵੇਖਿਆ ਇਹ ਹਾਲ। ਭਾਈ ਬਾਲਾ ਜੀ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਫਿਰ ਇਹ ਵੀ ਕਥਾ ਸੁਣੋ, ਪਾਤਸ਼ਾਹ ਨੇ ਜਦੋਂ ਬਾਬਰ ਦਾ ਹਮਲਾ ਹੋਇਆ ਉਹਦੇ ਹਮਲੇ ਤੋਂ ਬਾਅਦ ਪਠਾਨ ਉਹਦੀ ਕੈਦ ਵਿੱਚ ਕੁਝ ਮਰ ਗਏ, ਕੁਝ ਜ਼ਖਮੀ ਨੇ ਤੇ ਕੁਝ ਉਹਨੇ ਕੈਦ ਕੀਤੇ, ਤੇ ਉਹਦੇ ਅਹਿਲਕਾਰ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਤੇ ਭਾਈ ਬਾਲਾ ਕਹਿੰਦੇ ਸਾਨੂੰ ਵੀ ਪਕੜ ਕੇ ਲੈ ਗਏ। ਗਰੀਬ ਨਵਾਜ ਉੱਥੇ ਸ਼ਬਦ ਵਰਤਦੇ ਨੇ ਭਾਈ ਮਰਦਾਨੇ ਨੂੰ ਕਿ ਰਬਾਬ ਛੇੜ ਕਰਤੇ ਦੀ ਹੁਣ ਸਿਫਤ ਗਾਈਏ। ਫਿਰ ਹਜ਼ੂਰ ਉੱਥੇ ਇਹ ਆਸਾ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਆਓ
ਇੱਥੋਂ ਅੱਗੇ ਜੋ ਪ੍ਰਸੰਗ ਹੈ ਗੁਰੂ ਕਿਰਪਾ ਦੇ ਨਾਲ ਆਪ ਸੰਗਤ ਦੀ ਅਸੀਸ ਦਾ ਸਦਕਾ ਵਿਚਾਰ ਸਕੀਏ। ਆਪ ਜੀ ਕਰੋ ਕਿਰਪਾ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਿਆ ਜਦੋਂ ਬਾਬਰ ਨੇ ਹਮਲਾ ਕੀਤਾ। ਮਹਾਰਾਜ ਕਹਿ ਰਹੇ ਨੇ ਖੁਰਾਸਾਨ ਖਸਮਾਨਾ ਕੀਆ, ਬਾਬਰ ਨੇ ਕਾਬਲ ਵਿੱਚ ਰਾਜ ਕੀਤਾ ਤੇ ਪਹਿਲਾਂ ਇਹ ਕਾਫੀ ਹਮਲੇ ਉੱਥੇ ਆਪਣੇ ਮੁਲਕ ਤੇ ਕਰਕੇ ਵੀ ਰਾਜ ਸਥਾਪਿਤ ਕਰਦਾ ਰਿਹਾ। ਉਂਝ ਹਿੰਦੁਸਤਾਨ ਦੇ ਲੋਕ ਪੱਛਮ ਦੇ ਸਿੰਧ ਵਾਲੇ ਪਾਸੇ ਦੇ ਇਲਾਕੇ ਨੂੰ ਖੁਰਾਸਾਨ ਹੀ ਕਹਿ ਕੇ ਬੁਲਾਉਂਦੇ ਸਨ। ਜਿਸ ਇਲਾਕੇ ਵਿੱਚ ਉਹਦਾ ਰਾਜ ਸੀ ਉਹ ਖੁਰਾਸਾਨ। ਮਹਾਰਾਜ ਕਹਿੰਦੇ ਉਹਨੂੰ ਕਿਸੇ ਹੋਰ ਨੂੰ ਸੌਂਪ ਕੇ, ਉਹਨੂੰ ਕਿਸੇ ਹੋਰ ਦੇ ਵਸ ਕਰਕੇ, ਆਪਣੇ ਰਾਜ ਨੂੰ ਕਿਸੇ ਦੀ ਸਪੁਰਦਗੀ ਵਿੱਚ ਕਰਕੇ, ਉਹਦਾ ਕੋਈ ਖਸਮ ਹੋਰ ਥਾਪ ਕੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ ਤੇ ਇਸ ਦੇਸ਼ ਮੁਲਕ ਹਿੰਦੁਸਤਾਨ ਉੱਪਰ ਆਪਣੇ ਜ਼ੋਰ ਦੇ ਨਾਲ ਦਬਦਬਾ ਪਾ ਕੇ ਇਹਨੂੰ ਭੈ ਦੇ ਦਿੱਤਾ। ਆਪੇ ਦੋਸ਼ ਨਾ ਦੇ ਕਰਤਾ, ਜਮ ਕਰ ਮੁਗਲ ਚੜਾਇਆ। ਇਹਦੇ ਵਿੱਚ ਪਰਮਾਤਮਾ ਦਾ ਦੋਸ਼ ਵੀ ਨਹੀਂ ਤੇ ਰੱਬ ਆਪਣੇ ਤੇ ਦੋਸ਼ ਰੱਖਦਾ ਵੀ ਨਹੀਂ, ਕਿਉਂਕਿ ਇੱਥੇ ਗੱਲ ਹੁਣ ਇਹਦੇ ਵਿੱਚ ਇਹ ਪ੍ਰਗਟ ਕਰਨੀ ਚਾਹ ਰਹੇ ਨੇ ਮਹਾਰਾਜ। ਮੈਂ ਪਹਿਲਾਂ ਬੇਨਤੀ ਕਰ ਦੇਣਾ, ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਕਹਿੰਦੇ ਨੇ ਪਰਮਾਤਮਾ ਆਪਣੇ ਉੱਪਰ ਦੋਸ਼ ਨਹੀਂ ਇਹ ਉਹਦਾ ਕੋਈ। ਜਮ ਕਰ ਮੁਗਲ ਚੜਾਇਆ, ਕਹਿੰਦੇ ਇੱਥੋਂ ਦੇ ਲੋਕ ਜਿਹੜੇ ਪਠਾਨ ਸਨ, ਜੋ ਉਹਨਾਂ ਦੀ ਕਰਨੀ ਬਣ ਚੁੱਕੀ ਸੀ, ਜੋ ਪਿੱਛੇ ਆਪਾਂ ਪ੍ਰਸੰਗ ਸਾਰਾ ਵਿਚਾਰ ਕੇ ਆਏ, ਉਸ ਕੀਤੇ ਕਰਮ ਦੇ ਬਦਲੇ ਕਹਿੰਦੇ ਮੁਗਲਾਂ ਰੂਪੀ ਜਿਹੜੇ ਜਮ ਬਣ ਕੇ ਚੜ ਆਏ ਤੇ ਉਹਨਾਂ ਸਜਾਵਾਂ ਦਿੱਤੀਆਂ ਨੇ। ਜਾਂ ਅਸੀਂ ਇਹਨੂੰ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਇਸ ਪੰਕਤੀ ਦਾ ਨਿਰਣਾ ਕਰਨ ਲਈ ਵੀ, ਜਿਹੜੀ ਇੱਕ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਗੱਲ ਕਹਿੰਦੇ ਹਨ ਕਿ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ। ਕਰਮ ਦੀ ਗੱਲ ਹੈ, ਜਿਹੜਾ ਕਰਮ ਤੂੰ ਕਰ ਰਿਹਾ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਭੁੱਲੇ ਮੂਰਖ ਮਨਾ। ਇਹਨਾਂ ਕਪਟ ਵਿੱਚ ਇਹਨੇ ਪ੍ਰਪੰਚ ਕਰਕੇ, ਝੂਠ ਬੋਲ ਕੇ, ਠੱਗੀਆਂ ਮਾਰ ਕੇ, ਪਾਪ ਕਰਕੇ ਕਹਿੰਦੇ ਤੂੰ ਕਟੁੰਬ ਪਾਲ ਰਿਹਾ, ਭੁੱਲਿਆ ਨਾ ਫਿਰੀ, ਅੰਤ ਨੂੰ ਇਸ ਕੀਤੇ ਦਾ ਨਬੇੜਾ ਤੇਰੀ ਜਿੰਦ ਨੂੰ ਕਰਨਾ ਪੈਣਾ। ਮਹਾਰਾਜ ਕਹਿੰਦੇ ਅੱਜ ਇਹ ਕੁਝ ਹੀ ਹੋਇਆ, ਆਪੇ ਦੋਸ਼ ਨਾ ਦੇਈ ਕਰਤਾ, ਇਹ ਦੋਸ਼ ਕਰਤੇ ਦਾ ਨਹੀਂ, ਇਹ ਰੱਬ ਤੇ ਦੋਸ਼ ਨਹੀਂ। ਜਮ ਕਰ ਮੁਗਲ ਚੜਾਇਆ, ਕਹਿੰਦੇ ਉਹਨੇ ਮੁਗਲਾਂ ਨੂੰ ਜਮ ਦੇ ਰੂਪ ਵਿੱਚ ਪਠਾ ਕੇ ਭੇਜ ਦਿੱਤਾ ਮਾਨੋ, ਤੇ ਇੱਥੋਂ ਦੇ ਜਿਤਨੇ ਲੋਕ ਸਨ ਉਹਨਾਂ ਨੇ ਆਪਣੀ ਕਰਨੀ ਕਰਕੇ ਇਹ ਫਲ ਪਾਇਆ ਹੈ। ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨੀ ਮਾਰ ਵਗੀ, ਇੰਨਾ ਹਮਲਾ ਭਾਰੀ ਕੀਤਾ, ਪਰ ਸਤਿਗੁਰੂ ਸੱਚੇ ਸਰਕਾਰ ਦੇ ਇੱਥੇ ਨੇਤਰ ਵੀ ਵੈਰਾਗ ਵਿੱਚ ਖਾਣ। ਕਿਉਂਕਿ ਮੈਂ ਇੱਕ ਬੇਨਤੀ ਕਰਾਂਗਾ, ਉਸ ਹਮਲੇ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਹੁਣ ਉਹ ਪੱਖ ਦੱਸਦੇ ਪਏ ਨੇ, ਕਹਿੰਦੇ ਰੱਬਾ ਠੀਕ ਇਹਨਾਂ ਦੇ ਦੋਸ਼ ਵੀ ਕਣ, ਇਹ ਗੁਨਾਹਗਾਰ ਵੀ ਕਣ, ਪਰ ਇੱਥੇ ਬੱਚੇ ਵੀ, ਇੱਥੇ ਉਹ ਬਜ਼ੁਰਗ ਵੀ ਹੋਣਗੇ
ਜਿਨ੍ਹਾਂ ਵਿਦੋਸ਼ੀਆਂ ਦੇ ਉੱਪਰ ਇਹ ਮਾਰ ਉਹਨਾਂ ਨੂੰ ਸਹਿਣੀ ਪਈ। ਕਹਿੰਦੇ ਦਰਦ ਪੀੜਾ ਉਹਨਾਂ ਦੀ ਜੀਵਨ ਵਿੱਚ ਆਈ ਨਹੀਂ। ਕਰਤਾ ਤੂੰ ਸਭਨਾ ਕਾ ਸੋਈ। ਫਿਰ ਮਹਾਰਾਜ ਕਹਿੰਦੇ ਨੇ ਹੇ ਰੱਬਾ, ਤੂੰ ਆਪ ਹੀ ਸਭ ਨੂੰ ਪਾਲਣ ਵਾਲਾ, ਜਨਮ ਦੇਣ ਵਾਲਾ ਤੂੰ ਵੇ, ਸੰਭਾਲਣ ਵਾਲਾ ਤੂੰ ਹੈ, ਤੂੰ ਸਭ ਦਾ ਆਪ ਕਰਤਾ ਹੈ। ਜੇ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸ਼ਨ ਹੋਈ। ਫਿਰ ਮਹਾਰਾਜ ਕਹਿੰਦੇ ਨੇ ਫਿਰ ਇਸ ਗੱਲ ਦਾ ਹੁਣ ਰੋਸ ਵੀ ਕਾਹਦਾ। ਸਕਤੇ ਦਾ ਅਰਥ ਤਗੜਾ ਜ਼ੋਰ ਵਾਲਾ। ਕਹਿੰਦੇ ਜੇ ਇੱਕ ਜ਼ੋਰ ਵਾਲਾ ਦੂਸਰੇ ਜ਼ੋਰ ਵਾਲੇ ਨੂੰ ਮਾਰੇ, ਜਦੋਂ ਬਰਾਬਰ ਦੀਆਂ ਧਿਰਾਂ ਇੱਕ ਦੂਜੇ ਨੂੰ ਮਾਰਨ, ਕਹਿੰਦੇ ਫਿਰ ਦੋਸ਼ ਵੀ ਇਸ ਦਾ ਕਾਹਦਾ, ਕਿਹੜਾ ਕਿਸੇ ਮਜ਼ਲੂਮ ਦੇ ਉੱਪਰ ਜ਼ੁਲਮ ਹੋਇਆ। ਦੋਵੇਂ ਜ਼ਰਵਾਣੇ ਕਣ, ਤਾਕਤ ਵਾਲੇ ਕਣ, ਜ਼ੋਰ ਵਾਲੇ ਕਣ, ਤੇ ਫਿਰ ਸ਼ਕਤਾ ਸ਼ਕਤੇ ਨੂੰ ਮਾਰਨ ਆਇਆ, ਇਹਦਾ ਫਿਰ ਤੈਨੂੰ ਦੋਸ਼ ਵੀ ਕਾਹਦਾ ਦੇਣਾ, ਕਿਸੇ ਦਾ ਤੇ ਰੱਬ ਦਾ ਇਹਦੇ ਵਿੱਚ ਦੋਸ਼ ਵੀ ਕੀ ਹੋਇਆ। ਰਹਾ ਸਕਤਾ ਸਿੰਘ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਪੁਰਸਾਈ ਦਾ ਅਰਥ ਪੁੱਛ ਗਿੱਛ ਖੋਣੀ। ਸਕਤਾ ਸਿੰਹ ਮਾਰੇ, ਕਹਿੰਦੇ ਜੇਕਰ ਜ਼ੋਰ ਵਾਲਾ ਗਾਂ ਨੂੰ ਜਾਂ ਮਜ਼ਲੂਮ ਨੂੰ ਮਾਰਨ ਪਵੇ, ਉਹਦੇ ਉੱਪਰ ਆਪਣੀ ਹਕੂਮਤ ਜਾਂ ਆਪਣਾ ਧੱਕਾ ਕਰੇ, ਕਹਿੰਦੇ ਫਿਰ ਇਸ ਗੱਲ ਦੀ ਤਾਂ ਖਸਮ ਦੇ ਅੱਗੇ ਪੁੱਛ ਹੁੰਦੀ ਹੈ। ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਕਾਈ। ਧੰਨ ਗੁਰੂ ਨਾਨਕ ਸਾਹਿਬ ਜਦੋਂ ਅਹਿਮਨਾਬਾਦ ਦਾ ਹਾਲ ਵੇਖਦੇ ਪਏ ਨੇ, ਕਹਿੰਦੇ ਏਡਾ ਸੋਹਣਾ ਮੁਲਕ, ਇਹ ਇਲਾਕਾ, ਕਹਿੰਦੇ ਆ ਬਾਬਰ ਦੇ ਅਹਿਲਕਾਰ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਇਹ ਕੁੱਤਿਆਂ ਦੀ ਨਿਆਈ ਆਏ ਸ਼ਿਕਾਰ ਖੇਡਣ ਵਾਸਤੇ, ਤੇ ਇਸ ਅਮੋਲਕ ਸੋਹਣੇ ਰਤਨਾਂ ਵਰਗੇ ਥਾਵਾਂ ਨੂੰ ਇਹਨਾਂ ਉਜਾੜ ਕੇ ਰੱਖ ਦਿੱਤਾ। ਇਹਦੇ ਕਦੀ ਭਾਵ ਅਰਥ ਕਰਕੇ ਵੇਖਿਓ, ਸੱਚੀ ਗੱਲ ਹੈ, ਜਨਮ ਵੀ ਰਤਨ ਹੈ, ਕੀਮਤੀ ਲਾਲ ਹੈ, ਪਰ ਕੂਕਰ ਕੌਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਹਿੰਦੇ ਇਸ ਰਤਨਾ ਵਰਗੇ ਪਵਿੱਤਰ ਜਨਮ ਨੂੰ, ਅਮੋਲਕ ਲਾਲ ਨੂੰ ਇਹਨਾਂ ਦਰਿੰਦਿਆਂ ਨੇ ਵਿਗਾੜ ਕੇ ਖੁਆਰ ਕਰਕੇ ਰੱਖ ਦਿੱਤਾ ਹੈ, ਜਿਹਨੂੰ ਮਹਾਰਾਜ ਕਹਿੰਦੇ ਕਣ ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਕਿਉਂਕਿ ਮੈਂ ਹਾਲੀ ਟਿਊਕ ਟਿਊਕ ਯਤਨ ਕਰ ਰਿਹਾ ਵੀ ਇਤਿਹਾਸ ਦੀ ਕਥਾ, ਮੈਨੂੰ ਪਤਾ ਹੈ ਵੀ ਆਪਾਂ ਪ੍ਰਸੰਗ ਨੂੰ ਅਗਾਂਹ ਤੋਰਨਾ ਹੈ, ਪਰ ਇਹ ਸ਼ਬਦ ਹਨ ਇੱਥੇ ਚਾਰ ਇਕੱਠੇ ਹਜ਼ੂਰ ਦੇ, ਇਤਿਹਾਸ ਦੀ ਕਥਾ ਅੰਦਰ ਜੋ ਪ੍ਰਸੰਗ ਹੈ, ਹਜ਼ੂਰ ਸੱਚੀ ਸਰਕਾਰ ਇੱਥੇ ਸ਼ਬਦ ਉਸ ਭਾਵਨਾ ਵਿੱਚ ਕਹਿ ਰਹੇ ਨੇ, ਦਾਤਿਆ ਏਡਾ ਸੋਹਣਾ ਥਾਂ, ਖੇੜਾ ਹੱਸਦਾ ਵੱਸਦਾ, ਪਰ ਇਹਦੇ ਅਹਿਲਕਾਰਾਂ ਨੇ, ਬਾਬਰ ਦੀਆਂ ਅਹਿਲਕਾਰਾਂ ਨੇ ਇੰਨਾ ਭਾਰੀ ਹਮਲਾ ਕੀਤਾ ਕਿ ਸਭ ਕੁਝ ਉਜਾੜ ਕੇ ਰੱਖ ਦਿੱਤਾ ਹੈ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਕਹਿੰਦੇ ਤੇਰੀ ਵਡਿਆਈ ਏ ਰੱਬਾ, ਤੂੰ ਵੇਖ ਕਿਸੇ ਜਨਮ ਦੇ ਰਿਹਾ, ਕਿੱਥੇ ਵਿਛੋੜੇ ਪਾ ਰਿਹਾ, ਕਿਸੇ ਨੂੰ ਪਾਲਣਾ ਪਿਆ, ਕਿਸੇ ਨੂੰ ਮਾਰਨਾ ਪਿਆ, ਇਹ ਤੇਰਾ ਹੁਕਮ ਵਰਤਦਾ ਪਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਇਹ ਤੇਰੀ ਰਚਨਾ, ਦੋਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਉ, ਦਾਤਾ ਕਰਤਾ ਆਪ ਤੂੰ ਤੁਸ ਦੇਵੈ। ਕਿਤੇ ਦਾਤਾ ਦੇ ਰਿਹਾ ਤਰੁੱਠ ਕੇ, ਤੁਸ ਦੇਵੈ ਕਰੈ ਪਸਾਓ, ਤੂੰ ਜਾਂ ਨੋਈ ਸਭ ਸਹਿ, ਜਾਣਨ ਵਾਲਾ ਵੀ ਸਭ ਦੇ ਅੰਦਰ ਨੂਵੇਂ, ਦੇ ਲੈਸੈ ਕਿਤੇ ਜਿੰਦ ਬਖਸ਼ ਰਿਹਾ, ਕਿਤੇ ਲੈ ਰਿਹਾ, ਲੈਸੈ ਦਾ ਅਰਥ ਖੋ ਲੈਣਾ, ਦੇ ਲੈਸੈ ਜਿੰਦ ਕਵਾਓ, ਕਿਸੇ ਨੂੰ ਜਿੰਦ ਬਖਸ਼ ਰਿਹਾ, ਕਿਸੇ ਦੀ ਜਿੰਦ ਹਰ ਰਿਹਾ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਰਮਾਤਮਾ, ਇਹ ਸਾਰੀ ਤੇਰੀ ਵਡਿਆਈ ਏ, ਤੂੰ ਕਰਤਾ ਹੈ, ਆਪ ਹੀ ਜੋੜਨ ਵਾਲਾ, ਆਪ ਹੀ ਵਿਛੋੜਨ ਵਾਲਾ ਹੈ। ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ। ਕਹਿੰਦੇ ਜੇ ਕੋਈ ਆਪਣਾ ਉੱਚਾ ਨਾਂ ਰਖਵਾ ਲਵੇ ਤੇ ਮਨ ਭਾਉਂਦੀਆਂ ਖੇਡਾਂ ਖੇਡੇ, ਰਸ ਭੋਗੇ ਭੋਗ ਭੋਗੇ, ਖਸਮ ਨਦਰੀ ਕੀੜਾ ਆਵੇ ਗੇਤੇ ਚੁਗੇ ਦਾਣੇ। ਪਰ ਰੱਬ ਜੀ ਤੁਹਾਡੇ ਤੋਂ ਕੁਝ ਓਹਲਾ ਥੋੜਾ,
साहब कहना चाह रहे ने जे कोई वड्डा अखवाए वड्डा अखवा के अपना नाम रखवा ले ते उच्चा नाम सदवाए अपना पर परमात्मा की वड्डा ते की नीवा खसम दी नदर विच तां इक निक्का जिहा कीड़ा जिहड़ा सानू दिसदा भी नहीं पिया ਉਹ ਵੀ ਜਿਹੜਾ ਦਾਣਾ ਚੁਗ ਰਿਹਾ ਹੈ ਕੁਝ ਖਾ ਰਿਹਾ ਹੈ ਪੁੰਚ ਰਿਹਾ ਤੇਰੀ ਨਜ਼ਰ ਤੋਂ ਤਾਂ ਉਹ ਕੀੜਾ ਵੀ ਬਾਹਰ ਨਹੀਂ ਪਖਾਨ ਕੀਟ ਗੁਪਤ ਕੋਈ ਰਹਿਤਾ ਹੈ ਗੁਪਤ ਪਰ ਤੇਰੀ ਉੱਥੇ ਵੀ ਨਜ਼ਰ ਹੈ ਉਹਨੂੰ ਵੀ ਜਾਣਨਾ ਪਿਆ ਪਰ ਜੇ ਪਰਮਾਤਮਾ ਕੋਈ ਵੱਡਾ ਹੋ ਕੇ ਤੈਨੂੰ ਭੁਲਾ ਬਵੇ ਤੇ ਕੀ ਤੇਰੇ ਤੋਂ ਉਹ ਭੁੱਲ ਜਾਏਗਾ ਤੂੰ ਕਿਤੇ ਵਿਸਾਰ ਸਕਣਾ ਉਹਨੂੰ ਤੇਰੀ ਨਜ਼ਰ ਤੋਂ ਤਾਂ ਕੁਛ ਵੀ ਬਾਹਰ ਨਹੀਂ ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਕਹਿੰਦੇ ਨੇ ਜੇ ਕੋਈ ਮਨੁੱਖਾ ਜਨਮ ਲੈ ਕੇ ਵੱਡਾ ਛੋਟਾ ਜੰਮੇ ਮਰੇ ਆਵੇ ਗਾਏ ਪਰ ਕੁਛ ਇਹ ਜੀਵਨ ਲੇਖੇ ਨਹੀਂ ਪੈਂਦਾ ਜੇ ਕਿਤੇ ਉਹਦੇ ਨਾਮ ਦੀ ਜੇਕਰ ਨਾਮ ਦੀ ਸੰਭਾਲ ਕਰ ਲਏ ਉਹ ਤੈਨੂੰ ਮਿਲਦਾ ਹੈ ਉਹ ਥਾਂ ਪੈਂਦਾ ਜਾਂ ਮੈਂ ਇਸ ਤਰ੍ਹਾਂ ਬੇਨਤੀ ਕਰ ਦਵਾਂ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਕੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕਿ ਬੜਾ ਵੱਡਾ ਨਾਂ ਰਖਾਇਆ ਹੋਵੇ ਬੰਦੇ ਨੇ ਜਸ ਕੀਰਤ ਜਗ ਲੇ ਲੋਕਾਂ ਦਾ ਜਸ ਖੱਟਦਾ ਹੋਵੇ ਸਿਵਤ ਸਲਾਹ ਦੁਨੀਆਂ ਕਰਦੀ ਹੋਵੇ ਜੇ ਤਿਸ ਨਦਰ ਨਾ ਆਵਈ ਪਰ ਵਾਹਿਗੁਰੂ ਜੇ ਤੇਰੀ ਨਦਰ ਨਹੀਂ ਵਾਤ ਨਾ ਪੁੱਛੇ ਕਿ ਕਿੰਨੇ ਅੰਤ ਵਾਤ ਪੁੱਛਣੀ ਜੇ ਦੁਨੀਆਂ ਵਿੱਚ ਲੋਕ ਜਾਣਨ ਪਰ ਜੇ ਗੁਰੂ ਦੀ ਨਦਰ ਨਹੀਂ ਜੇ ਰੱਬ ਦੀ ਕਿਰਪਾ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਉਹੀ ਸਵਾਸ ਉਹੀ ਜੀਵਨ ਜੇਕਰ ਉਸ ਨੂੰ ਸੰਭਾਲ ਲਵੇ ਤਾਂ ਲੇਖੇ ਵੇ ਨਹੀਂ ਤੇ ਇਹ ਜੰਮਣ ਮਰਨ ਆਵਾਗਮਨ ਬਣਿਆ ਰਹਿੰਦਾ ਹੈ ਇਸ ਬਿਦ ਗਾਵਤ ਮਾਰਗ ਜਾਹੀ ਸਦਾ ਏਕ ਰਸ ਆਨੰਦ ਮਾਹੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਾਉਂਦੇ ਹੋਏ ਇਹ ਸ਼ਬਦ ਕਰਤੇ ਦੀ ਸਿਫਤ ਕਰਦੇ ਹੋਏ ਜਿਹੜੇ ਇਹਦੇ ਅਹਿਲਕਾਰ ਉਹਨਾਂ ਦੇ ਨਾਲ ਸਤਿਗੁਰੂ ਅਗਾਂ ਜਾ ਗਏ ਖਾਨ ਲੋਕ ਬਿਲੋਕਤ ਬਹੁ ਬਿਸਮਾਏ ਇਹ ਆਚਾਰਜ ਕਛ ਲਖਿਓ ਨਾ ਜਾਏ ਪਰ ਜਦੋਂ ਕੁਛ ਵੇਖਦੇ ਨੇ ਲੋਕ ਉਹ ਵੀ ਹੈਰਾਨ ਹੁੰਦੇ ਨੇ ਕਹਿੰਦੇ ਨੇ ਇਹ ਆਚਰਜ ਤਾਂ ਜਿੱਦਾਂ ਜਿਹਨੂੰ ਲਖਿਆ ਨਹੀਂ ਜਾ ਸਕਦਾ ਸਿਰ ਤੇ ਕਰ ਉੱਚੋ ਹੈ ਭਾਰ ਬਹਰੋ ਚੱਲਿਓ ਜਾਏ ਸੰਗਰ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਦੋ ਗੁਰੂ ਦੇ ਸਿੱਖ ਨਾਲ ਨੇ ਇਹਨਾਂ ਨੂੰ ਪਕੜਿਆ ਬੋਝ ਵੀ ਧਰਿਆ ਸਿਰ ਤੇ ਹੱਥ ਵੀ ਪਰਾਂ ਨੇ ਪਰ ਉਹਨਾਂ ਨੂੰ ਇਹ ਗੱਲ ਦੀ ਹੈਰਾਨਤਾ ਅਚਰਜਤਾ ਹੋ ਰਹੀ ਹੈ ਦੂਸਰ ਕੇ ਹੈ ਤੁਰੰਗ ਪਛਾਰੀ ਚੱਲਿਓ ਜਾਤ ਬਿਨ ਗਹੇ ਮੁਹਾਰੀ ਕਹਿੰਦੇ ਨੇ ਪਿੱਛੇ ਤੁਰੰਗ ਘੋੜਾ ਹੈ ਉਹਦੀ ਮੁਹਾਰ ਲਗਾਮ ਵੀ ਛੱਡੀ ਕੋਈ ਤੇ ਉਹ ਵੀ ਮਗਰ ਤੁਰਿਆ ਆ ਰਿਹਾ ਹੈ ਕੇ ਤਕ ਕਹੈ ਸੰਤ ਇਹ ਕੋਈ ਕਿਦੋਂ ਖੁਦਾਏ ਆਪ ਹੀ ਹੋਈ ਤੇ ਕੋਈ ਵੇਖ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਕੋਈ ਇਹ ਕਹਿੰਦਾ ਸੰਤ ਹੈ ਕੋਈ ਇਹ ਕੋਈ ਸੰਤ ਹੈ ਜਿਹੜਾ ਆ ਰਿਹਾ ਕੋਈ ਵੇਖ ਕੇ ਕਹਿੰਦਾ ਸੰਤ ਨਹੀਂ ਇਹ ਤਾਂ ਆਪ ਹੀ ਖੁਦਾ ਲੱਗਦਾ ਹੈ ਇਹ ਤਾਂ ਕੋਈ ਰੱਬ ਹੈ ਕੋਈ ਪਰਮਾਤਮਾ ਦਾ ਆਪਣਾ ਅਵਤਾਰ ਆਇਆ ਹੈ ਅਤ ਸਮਰੱਥ ਅਜਮਤ ਮਹਿ ਭਾਰੀ ਐਸੋ ਕਬ ਨਹਿ ਪਖਾਇਆ ਗਾਰੀ ਤੇ ਕੋਈ ਵੇਖ ਕੇ ਕਹਿੰਦਾ ਵੀ ਇਹ ਬੜੇ ਸਮਰੱਥ ਹਨ ਭਾਰੀ ਅਜ਼ਮਤ ਵਾਲੇ ਨੇ ਬੜੇ ਕਰਾਮਾਤੀ ਨੇ ਅਜ਼ਮਤ ਦੇ ਅਰਥ ਤਾਂ ਚਲੋ ਇਹ ਨੇ ਨਾ ਕਰਾਮਾਤ ਤੇ ਕਰਾਮਾਤ ਸ਼ਬਦ ਤੋਂ ਡਰਨਾ ਨਹੀਂ ਚਾਹੀਦਾ ਠੀਕ ਹੈ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਇਹ ਸੱਚ ਏ ਜਿੱਥੇ ਕੋਈ ਰੱਬ ਦਾ ਸ਼ਰੀਕ ਬਣ ਜਾਂਦਾ ਉਹਦੀ ਵਿਰੋਧਤਾ ਵਿੱਚ ਉਹ ਕਰਾਮਾਤ ਕਹਿਰ ਹੈ ਪਰ ਉਂਝ ਮੇਰੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਵੱਡੀਆਂ ਅਜ਼ਮਤਾਂ ਹਨ ਇਹ ਰਿਧਾਂ ਸਿਧਾਂ ਤਾਂ ਨਾਮ ਦੀਆਂ ਦਾਸੀਆਂ ਕਣ ਜਿੱਥੇ ਪਰਮਾਤਮਾ ਦੀ ਬੰਦਗੀ ਦਾ ਪ੍ਰਤਾਪ ਹੋਵੇਗਾ ਬੰਦਗੀ ਦਾ ਵਾਸ ਹੋਵੇਗਾ ਇਹ ਤਾਂ ਚਾਕਰ ਬਣ ਕੇ ਬੰਦਗੀ ਵਾਲੇ ਦੀ ਸੇਵ ਕਮਾਉਂਦੀਆਂ ਨੇ ਰਿਧਾਂ ਸਿਧਾਂ
ਉਹਦੀ ਜ਼ੁਬਾਨ ਦੀ ਸਿੱਧੀ। ਹੁਣ ਆਹ ਬਚਨ ਜਦੋਂ ਪੜ੍ਹਦੇ ਹੋ, ਜੋ ਮੰਗ ਹੈ ਇਹ ਕੀ ਹੈ ਭਲਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੇ, ਜਿਹੜੇ ਗੁਰੂ ਦੇ ਦਾਸ ਨੇ ਜੋ ਮੁੱਖ ਤੋਂ ਬੋਲਣਗੇ, ਇਹਾਂ ਊਹਾਂ ਸੱਚ ਹੋਵੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਇੱਥੇ ਉੱਥੇ ਸਦਾ ਹੀ ਸਤਿਗੁਰੂ ਦੇ ਸੇਵਕ ਦੇ ਦਾਸ ਦੇ ਕਹੇ ਹੋਏ ਜਿਹੜੇ ਬਚਨ ਹਨ ਸੱਚ ਹੁੰਦੇ ਨੇ, ਕਦੀ ਝੂਠੇ ਨਹੀਂ ਪੈਂਦੇ, ਉਹ ਅਟਲ ਹੋ ਜਾਂਦੇ ਨੇ, ਉਹ ਕਦੀ ਬਿਨਸਦੇ ਨਹੀਂ। ਕਹਿੰਦੇ ਨੇ ਕੋਈ ਕਹਿੰਦਾ ਵੀ ਬੜੇ ਅਜ਼ਮਤ ਵਾਲੇ ਨੇ, ਬੜੇ ਕਰਾਮਾਤੀ ਲੱਗਦੇ ਹਨ, ਇਹ ਬੜੇ ਸਮਰੱਥ ਹਨ, ਐਸੋ ਕਬ ਨਹੀਂ ਪਿਖਾ ਅਗਾਰੀ, ਏਡਾ ਕੋਈ ਅਜ਼ਮਤ ਵਾਲਾ, ਏਡਾ ਕੋਈ ਸਮਰੱਥ, ਅਸ ਤੋਂ ਅੱਜ ਤੋਂ ਪਹਿਲਾਂ ਅਸੀਂ ਨਹੀਂ ਦੇਖਿਆ। ਹਾਥ ਬੰਦ ਕੈ ਬੰਦਨ ਕਰਹੀ, ਚਰਨ ਕਮਲ ਮਹਿ ਸ਼ਰਧਾ ਧਰਹੀ। ਕੁਝ ਹੱਥ ਬੰਦ ਕੇ ਨਮਸਕਾਰਾਂ ਕਰਦੇ ਨੇ, ਬੰਦਨਾ ਕਰਦੇ ਨੇ, ਤੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਵਿੱਚ ਸੀਸ ਨਵਾਉਂਦੇ ਨੇ, ਤੇ ਬੜੀ ਸ਼ਰਧਾ ਰੱਖਦੇ ਨੇ, ਬੜੇ ਭਰੋਸੇ ਵਿੱਚ, ਬੜੀ ਸ਼ਰਧਾ ਦੇ ਵਿੱਚ ਨਮਸਕਾਰ ਕਰਦੇ ਕਨ। ਇਸ ਪ੍ਰਕਾਰ ਪਹੁੰਚੋ ਜਬ ਡੇਰੇ, ਆਵਤ ਮੁਗਲ ਤਿਸੀ ਨਹਿਰੇ। ਇਸ ਤਰੀਕੇ ਨਾਲ ਜਦੋਂ ਸਤਿਗੁਰੂ ਤੁਰੇ ਨੇ ਸਿਪਾਹੀ ਨਾਲ, ਤੇ ਸਤਿਗੁਰੂ ਇਹਦੇ ਡੇਰੇ ਜਿੱਥੇ ਬਾਬਰ ਦਾ ਪੜਾਂ ਹੈ ਉਥੇ ਪੁੱਗ ਗਏ ਹਨ। ਇਸ ਬਿਦ ਆਚਰਜ ਲਖਿਓ ਤਮਾਸ਼ਾ, ਗਯੋ ਦੌੜ ਬਾਬਰ ਕੇ ਪਾਸਾ। ਇਹਨਾਂ ਮੁਗਲਾਂ ਨੇ ਵੀ ਅਜਬ ਤਮਾਸ਼ਾ ਦੇਖਿਆ ਪਾਤਸ਼ਾਹ ਦਾ, ਤੇ ਉਹ ਮੁਗਲ ਸਿਪਾਹੀ ਦੌੜ ਕੇ ਬਾਬਰ ਦੇ ਕੋਲ ਗਏ ਖਾਨ। ਨਿਕਟ ਬੈਠ ਕੇ ਗਿਰਾ ਉਚਾਰੀ, ਇੱਕ ਦਰਵੇਸ਼ ਹੈ ਬੰਦ ਮਜਹਰੀ। ਹੱਥ ਜੋੜ ਕੇ ਉਹਨੂੰ ਗਿਰਾ ਉਚਾਰ ਕੇ ਕਹਿੰਦਾ ਬਾਬਰ ਨੂੰ ਕਿ ਇੱਕ ਦਰਵੇਸ਼ ਹੈ ਗੁਰੂ ਨਾਨਕ ਸਾਹਿਬ ਲਈ, ਤੇ ਉਹ ਸਾਡੀ ਬੰਦੀ ਵਿੱਚ ਖਾਨ, ਉਹ ਸਾਡੀ ਕੈਦ ਵਿੱਚ ਆਏ ਖਾਨ। ਆਚਰਜ ਸਭ ਅਵਲੋਕਿਓ ਅਤ ਅਜਮਤ ਮਹਿਪੂਰ। ਕਹਿੰਦੇ ਮੈਂ ਉਹਨਾਂ ਨੂੰ ਵੇਖਿਆ ਵੀ ਉਹ ਵਾਕਿਆ ਪੁੱਗੇ ਦਰਵੇਸ਼ ਨੇ, ਅਜ਼ਮਤ ਦੇ ਵਿੱਚ ਪੂਰੇ ਹਨ, ਤੇ ਮੈਂ ਅੱਖਾਂ ਦੇ ਨਾਲ ਉਸ ਦੇ ਨਾਲ ਰਹਿ ਕੇ ਇਹ ਆਚਰਜ ਦੇਖਿਆ ਹੈ। ਬੋਜ ਦਿਓ ਸਿਰ ਤਾਹੇ ਕੇ ਰਹਿਓ ਏਕ ਕਰ ਦੂਰ। ਕਹਿੰਦੇ ਅਸੀਂ ਤਾਂ ਉਹਨਾਂ ਨੂੰ ਆਮ ਕੈਦੀਆਂ ਦੀ ਤਰ੍ਹਾਂ ਬੰਦੀ ਬਣਾਉਣਾ ਚਾਹਿਆ, ਉਹਨਾਂ ਦੇ ਸਿਰ ਤੇ ਭਾਰ ਰੱਖਣਾ ਚਾਹਿਆ, ਪਰ ਉਹਦੇ ਸਿਰ ਤੇ ਤਾਂ ਭਾਰ ਟਿਕਦਾ ਹੀ ਨਹੀਂ, ਵੱਡੀ ਅਜ਼ਮਤ ਹੈ। ਹੁਣ ਅਸੀਂ ਡਰੀ ਜਾਂਦੇ ਹਾਂ ਜੀ ਮਹਾਰਾਜ ਦੀ ਸਮਰੱਥਾ ਤੇ ਵੀ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਜਿਸ ਸਿੱਖ ਨੂੰ ਆਪਣੇ ਗੁਰੂ ਦੀ ਕਰਨੀ ਤੇ ਸ਼ੱਕ ਹੋਵੇ ਉਹ ਸਿੱਖ ਵੀ ਕਾਹਦਾ, ਜਿਹਨੂੰ ਆਪਣੇ ਗੁਰੂ ਦੀ ਸਮਰੱਥਾ ਤੇ ਸ਼ੰਕਾ ਹੋ ਜਾਏ, ਕਿੱਡੀ ਕੁ ਵੱਡੀ ਗੱਲ ਹੈ ਜੇ ਵਲੀ ਕੰਧਾਰੀ ਮਹਾਰਾਜ ਨੂੰ ਪੱਥਰ ਸੁੱਟ ਕੇ ਦਬਾਉਣਾ ਚਾਹੁੰਦਾ ਹੈ, ਤੇ ਜੇ ਗੁਰੂ ਸਾਹਿਬ ਦਾ ਹੱਥ ਪੱਥਰ ਨੂੰ ਰੋਕ ਲੈਂਦਾ ਹੈ। ਅੱਜ ਜਿੱਥੇ ਸਤਿਗੁਰੂ ਦਾ ਸਥਾਨ ਪੰਜਾ ਸਾਹਿਬ ਹੈ ਹਸਨ ਅਬਦਾਲ, ਜੇ ਰੋਕ ਲੈਂਦੇ ਨੇ ਗੁਰੂ ਨਾਨਕ ਸਾਹਿਬ ਸਿੱਖ ਨੂੰ, ਤੇ ਮਾਣ ਨਾਲ ਆਪਣੇ ਗੁਰੂ ਦੀ ਅਜ਼ਮਤ ਗੁਰੂ ਦੀ ਕਰਨੀ ਤੇ ਭਰੋਸਾ ਚਾਹੀਦਾ। ਪਰ ਗਿਆਨ ਦਾ ਘੋੜਾ ਦੌੜਾਉਣ ਵਾਲਾ ਕਈ ਵਾਰ ਇੱਥੇ ਵੀ ਸ਼ੰਕੇ ਕਰੀ ਜਾਂਦਾ ਹੈ, ਤਰੋੜ ਮਰੋੜ ਕਰੀ ਜਾਂਦਾ ਹੈ, ਪੱਥਰ ਕਿਵੇਂ ਹੱਥ ਨਾਲ ਰੁਕ ਸਕਦਾ ਹੈ, ਏਡੀ ਤਾਕਤ ਸਰੀਰ ਵਿੱਚ ਕਿਵੇਂ ਆ ਸਕਦੀ ਹੈ। ਮੈਂ ਇੱਕ ਬੇਨਤੀ ਕਰਾਂ, ਗੱਲ ਦੇਹਾਂ ਦੀ ਨਹੀਂ, ਜਦੋਂ ਗੁਰੂ ਵਰਤਦਾ ਹੋਵੇ ਤੇ ਫਿਰ 40-10 ਲੱਖ ਨਾਲ ਲੜ ਜਾਂਦੇ ਕਣ। ਜੇ ਸਮਾਜਿਕ ਸੰਸਾਰੀ ਤੌਰ ਤੇ ਦੇਖੀਏ ਤੇ ਕੋਈ ਸਮਤਾ ਨਹੀਂ ਬਣਦੀ, ਕੋਈ ਬਰਾਬਰਤਾ ਨਹੀਂ ਬਣਦੀ। ਜੇ ਗੁਰੂ ਦੀ ਸਮਰੱਥਾ ਗੁਰੂ ਤੇ ਭਰੋਸੇ ਵਿੱਚ ਜਾਵਾਂਗੇ ਤੇ ਫਿਰ ਗੁਰੂ ਦਾਤੇ ਦਾ ਬਚਨ ਅਟਲ ਹੈ ਕਿ 125,000 ਸੇ ਏਕ ਲੜਾਊਂ, ਚਿੜੀਓ ਸੇ ਮੈਂ ਬਾਜ ਤੜਾਊਂ, 125,000 ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਨਾਨਕ ਸਾਹਿਬ ਅਜ਼ਮਤ ਵਿੱਚ ਪੂਰੇ ਸਮਰੱਥ ਸਤਿਗੁਰੂ, ਗੁਰੂ ਦੇ ਕਰ ਕਮਲਾਂ ਵਿੱਚ ਕੀ ਸਮਰੱਥਾ ਨਹੀਂ, ਕੀ ਤਾਕਤ ਨਹੀਂ, ਕੀ ਬਲ ਨਹੀਂ। ਅੱਜ ਉਸੇ ਅਜ਼ਮਤ ਦਾ ਇੱਕ ਪ੍ਰਕਾਰ ਦਾ ਇਹ ਜ਼ਿਕਰ ਕਰ ਰਿਹਾ। ਕਹਿੰਦਾ ਬਾਬਰ ਬਾਦਸ਼ਾਹ ਅਸੀਂ ਤਾਂ ਅੱਖੀਂ ਵੇਖਿਆ, ਅਸੀਂ ਆਮ ਕੈਦੀ ਦੀ ਤਰ੍ਹਾਂ ਪਕੜਿਆ, ਸ਼ੱਕ ਦੀ
ਨਜ਼ਰ ਨਾਲ ਦੇਖਿਆ ਪਰ ਆਪ ਹੈਰਾਨ ਹੋ ਗਏ, ਇਹ ਤਾਂ ਅਜ਼ਮਤ ਦੇ ਵਿੱਚ ਪੂਰੇ ਖਾਨ। ਇੱਕ ਡੂਮ ਹੈ ਜਾ ਕੇ ਸੰਗ ਤੇ ਪਿੱਛੇ ਚੱਲ ਜਾਏ ਤੁਰੰਗ, ਤੇ ਇੱਕ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਗਵੱਈਆ ਰਬਾਬੀ ਏ ਭਾਈ ਮਰਦਾਨਾ, ਉਹ ਪਿੱਛੇ ਤੁਰਿਆ ਆਉਂਦਾ ਤੇ ਉਹਦੇ ਪਿੱਛੇ ਕਹਿੰਦੇ ਤੁਰੰਗ ਤੁਰਿਆ ਆ ਰਿਹਾ ਉਹ ਜਿੱਧਰ ਚੱਲ ਰਿਹਾ। ਕਿਉਂਕਿ ਮਹਾਰਾਜ ਨੇ ਕਿਹਾ ਸੀ ਨਾ, ਮੈਂ ਕੱਲ ਬੇਨਤੀ ਕੀਤੀ ਸੀ ਵੀ ਰਬਾਬ ਵਜਾ, ਕਹਿੰਦਾ ਮਹਾਰਾਜ ਬੋਝ ਤੇ ਆ ਹੱਥ ਵਿੱਚ ਇਹਨਾਂ ਲਗਾਮ ਪਕੜਾ ਦਿੱਤੀ ਮੁਹਾਰ ਘੋੜੇ ਦੀ। ਮਹਾਰਾਜ ਕਹਿੰਦੇ ਛੱਡ ਦੇ ਇਹ ਤੁਰੰਗ, ਕਿਤੇ ਨਹੀਂ ਜਾਏਗਾ, ਤੇਰੇ ਪਿੱਛੇ ਤੁਰੇਗਾ, ਇਹ ਕਿਤੇ ਨਹੀਂ ਜਾਏਗਾ, ਤੇਰੇ ਮਗਰ ਚੱਲੇਗਾ। ਹੁਣ ਉਹ ਇਸ਼ਾਰਾ ਕਰਦੇ ਕਹਿ ਰਹੇ ਹਨ ਕਿ ਇੱਕ ਉਹਦੇ ਨਾਲ ਉਹਦਾ ਰਬਾਬੀ ਹੈ, ਉਹ ਕੁਝ ਗਾਉਂਦੇ ਨੇ ਤੇ ਉਹ ਸਾਜ ਵਜਾਉਂਦਾ ਤੇ ਅਸੀਂ ਅਚਰਜ ਦੇਖਿਆ ਉਹ ਪਿੱਛੇ ਹੈ ਤੇ ਉਹਦੇ ਮਗਰ ਪ੍ਰੇਰਿਆ ਤੁਰੰਗ ਹੈ। ਕਰਤ ਬੰਦਗੀ ਤਹਾਂ ਖੁਦਾਏ ਆਪ ਬਿਲੋ ਕਹੋ ਚੱਲ ਤਹਿ ਥਾਏ। ਕਹਿੰਦੇ ਬਾਬਰ ਨੂੰ ਕਹਿ ਰਿਹਾ ਵੀ ਤੂੰ ਆਪ ਵੇਖ, ਉਹ ਤਾਂ ਖੁਦਾ ਦੀ ਬੰਦਗੀ ਵਿੱਚ ਲੀਨ ਹੈ, ਉਹ ਤੇ ਇਬਾਦਤ ਕਰ ਰਿਹਾ ਉਹਦੀ, ਕਰਤੇ ਦੀ, ਪਰਮਾਤਮਾ ਦੀ, ਖੁਦਾ ਦੀ, ਉਹ ਫਕੀਰ ਦਰਵੇਸ਼ ਖੁਦਾ ਦੀ ਬੰਦਗੀ ਵਿੱਚ ਰੱਤਾ ਹੋਇਆ ਹੈ। ਇਹ ਸੁਣ ਬਾਬਰ ਬਚਨ ਬਖਾਨਤ ਪੂਰਬ ਜੇ ਮੈਂ ਇਸ ਵਿਦ ਜਾਣਤ। ਕਹਿੰਦੇ ਇਹ ਗੱਲ ਸੁਣ ਕੇ ਬਾਬਰ ਕਹਿਣ ਲੱਗਾ ਕਿ ਜੇਕਰ ਪੂਰਬ ਪਹਿਲਾਂ ਮੈਂ ਇਸ ਗੱਲ ਨੂੰ ਜਾਣ ਲੈਂਦਾ। ਇਸ ਪੁਰ ਕੋ ਨਹਿ ਮਾਰਤ ਧਾਈ ਜਿਸ ਮਹਿ ਆਸ ਦਰਵੇਸ਼ ਰਹਾਈ। ਕਹਿੰਦੇ ਇਸ ਨਗਰ ਦਾ ਉਹ ਦਰਵੇਸ਼ ਹੈ, ਇਥੋਂ ਦਾ ਵਸਨੀਕ ਹੈ, ਜੇ ਮੈਨੂੰ ਪਤਾ ਹੁੰਦਾ ਫਿਰ ਹਮਲਾ ਨਾ ਕਰਦੇ ਜੇ ਏਡਾ ਦਰਵੇਸ਼ ਹੈ, ਜੇ ਮੈਂ ਪਹਿਲਾਂ ਜਾਣਦਾ ਹੁੰਦਾ। ਪਾਵਨ ਕੋ ਤਿਆਰ ਭਾਸ ਹੋਈ ਗੁਰੂ ਕਥਾ ਸੁਣੀਏ ਜਿਉ ਹੋਈ। ਧੰਨ ਗੁਰੂ ਨਾਨਕ ਸਾਹਿਬ ਦਾ ਜਸ ਸੁਣ ਕੇ ਇਹ ਵੀ ਵੇਖਣ ਲਈ ਤਿਆਰ ਹੋਇਆ, ਆਉਣ ਵਾਸਤੇ ਰਾਜੀ ਹੁੰਦਾ ਹੈ ਤੇ ਸਿਪਾਹੀ ਸਭ ਕਹਿੰਦੇ ਨੇ ਗੁਰੂ ਸਾਹਿਬ ਦੇ ਘਰ ਦੀ ਜਿਹੜੀ ਸਤਿਗੁਰੂ ਦੀ ਕਥਾ ਅੱਗੇ ਸੁਣਨਾ ਕਰੋ। ਦਲ ਮੈਂ ਬਹੁਤ ਬੰਦ ਨਰ ਨਾਰੀ ਬਿਰਲਾਪਤ ਪ੍ਰਾਪਤ ਦੁਖ ਭਾਰੀ। ਮਹਾਰਾਜ ਪਾਤਸ਼ਾਹ ਨੇ ਦੇਖਿਆ ਕਿ ਬਾਬਰ ਦੀ ਕੈਦ ਵਿੱਚ ਬੜੇ ਮਨੁੱਖ, ਨਾਰੀ, ਇਸਤਰੀਆਂ, ਬੱਚੇ ਕੈਦ ਹਨ ਤੇ ਦੁੱਖ ਦੇ ਵਿੱਚ ਉਹ ਕੁਰਲਾ ਰਹੇ ਨੇ, ਵਿਰਲਾਪ ਕਰ ਰਹੇ ਨੇ। ਸਰਬ ਜਾਤ ਦਿਜਣੀ ਹਿੰਦਵਾਣੀ ਆਹੈ ਤੁਰਕਾਣੀ ਆਦ ਪਠਾਣੀ। ਸਭ ਕੋਈ ਭਾਵੇਂ ਹਿੰਦੂ ਵੇ, ਤੁਰਕਾਣੀ ਏ, ਪਠਾਣੀ ਏ, ਉਹ ਸਾਰੇ ਹੀ ਇਹਦੀ ਕੈਦ ਦੇ ਵਿੱਚ ਖਾਨ। ਸਭ ਕੇ ਚਾਕਰ ਧਰੀ ਅਗਾਰੀ, ਸਭ ਕੇ ਚਾਕੀ ਧਰੀ ਅਗਾਰੀ, ਦਾਨਾ ਦੜੀਐ ਬਿਨਾ ਅਵਾਰੀ। ਤੇ ਉਹਨਾਂ ਸਭਨਾਂ ਦੇ ਅੱਗੇ ਚੱਕੀਆਂ ਧਰੀਆਂ ਨੇ ਤੇ ਬਿਨਾ ਦੇਰ ਤੋਂ ਲਗਾਤਾਰ ਉਹ ਦਾਣੇ ਦਰਡ ਦੇ ਪੀਂਦੇ ਪਏ ਹਨ, ਭਾਵ ਇਹ ਸਜ਼ਾ ਦਿੱਤੀ ਗਈ ਹੈ ਤੇ ਇਸ ਸਜ਼ਾ ਨੂੰ ਉਹ ਦੁੱਖ ਦੀ ਤਰ੍ਹਾਂ ਲੈ ਕੇ ਕੁਰਲਾ ਰਹੇ ਸਨ। ਸ੍ਰੀ ਨਾਨਕ ਜਬ ਡੇਰੇ ਆਏ ਸਿਰ ਪੁਰ ਤੇ ਬੋਝੇ ਉਤਰ ਆਏ। ਗੁਰੂ ਨਾਨਕ ਸਾਹਿਬ ਵੀ ਜਦੋਂ ਇੱਥੇ ਪਹੁੰਚ ਗਏ ਬੋਝ ਸਿਰ ਦੇ ਪਰਾਂ ਕੀਤੇ। ਬੈਠਾਰੇ ਨਿਜ ਬੰਦ ਮਝਾਰੀ ਦੋਏ ਚਾਕੀ ਤਬ ਆਨੀ ਭਾਰੀ। ਕਹਿੰਦੇ ਮਹਾਰਾਜ ਕੋਲ ਵੀ ਸਿਪਾਹੀ ਆਏ, ਸਤਿਗੁਰੂ ਨੂੰ ਵੀ ਦੋ ਚੱਕੀਆਂ ਦੇ ਕੋਲ ਬਿਠਾ ਦਿੱਤਾ। ਆਗੇ ਮੇਰੇ ਅਰਮਰਦਾਨੇ ਧਰੀ ਏਕ ਦੀਨੇ ਬਹੁਦਾਨੇ। ਧੰਨ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾ ਰਹੇ ਨੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ। ਇਹ ਉਹ ਕਹਿ ਰਹੇ ਹਨ ਆਗੇ ਮੇਰੇ ਅਰਮਰਦਾਨੇ, ਭਾਵ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਗੁਰੂ ਅੰਗਦ ਸਾਹਿਬ ਮੇਰੇ ਅੱਗੇ ਤੇ ਭਾਈ ਮਰਦਾਨਾ ਸਾਹਿਬ ਦੇ ਅੱਗੇ ਲਿਆ ਧਰੀਆਂ। ਇੱਕ ਸ੍ਰੀ ਗੁਰੂ ਅਗਾਰੀ ਧਰ ਕੇ ਕਹਿਓ ਦੜੋ ਦਾਣਾ ਦੁਰਤ ਕਰਕੇ, ਤੇ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਧਰ ਕੇ ਉਹ ਸਿਪਾਹੀ ਕਹਿਣ ਲੱਗੇ ਕਿ ਇਹ ਦਾਣੇ ਨੂੰ ਦਰਡ ਨਾ ਕਰੋ। ਹਮ ਮਿਲ ਦਾੜਨ ਲੱਗੇ ਦਰੁੱਤ ਦਾਣਾ ਜਿਉਂ ਨਰ ਨਾਰ ਕਰਤ ਤੇ ਥਨ। ਕਹਿੰਦੇ ਨੇ ਅਸੀਂ ਵੀ ਉਸੇ ਤਰ੍ਹਾਂ ਜਿਵੇਂ ਦੂਸਰੇ ਨਰ ਨਾਰੀ ਲੱਗੇ ਹੋਏ ਨੇ
ਉਸੇ ਤਰ੍ਹਾਂ ਹੀ ਉਹ ਦਰਦ ਲੱਗ ਗਏ। ਸ੍ਰੀ ਗੁਰ ਚਾਕੀ ਹੱਥ ਨ ਲਾਵਹਿ ਨਿਜ ਕਰ ਸੋ ਦਾਨ ਮਦ ਪਾਵਹਿ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਕੀ ਨੂੰ ਹੱਥ ਨਹੀਂ ਲਾਇਆ, ਆਪਣੇ ਕਰ ਕਮਲਾਂ ਦੇ ਨਾਲ ਮੇਰੇ ਗਰੀਬ ਨਵਾਜ ਦਾਣਾ ਉਹਦੇ ਵਿੱਚ ਪਾ ਰਹੇ ਸਨ। ਸ਼ੀਗਰ ਫਿਰ ਆਪ ਹੀ ਸੋਈ ਬਿਸਮ ਬਲੋ ਕਹਿ ਤਹਿ ਸਭ ਕੋਈ। ਕਹਿੰਦੇ ਪਰ ਉਹ ਚੱਕੀ ਘੁੰਮ ਰਹੀ ਏ ਤੇ ਇਹ ਕੁਝ ਵੇਖ ਕੇ ਸਾਰੇ ਫਿਰ ਹੈਰਾਨ ਸਨ। ਏਡੇ ਭਾਰੀ ਦਾਤੇ ਕੋਲ ਏਡੇ ਸਮਰੱਥ ਦੀ ਸਮਰੱਥਾ ਨੂੰ ਮੈਂ ਫਿਰ ਬੇਨਤੀ ਕਰਾਂ, ਵੇਖਣ ਵਾਲੇ ਦੀ ਨਜ਼ਰ ਆਪੋ ਆਪਣੇ ਦ੍ਰਿਸ਼ਟੀਕੋਣ ਸੀ ਸਭ ਦਾ। ਕੋਈ ਕਹਿੰਦਾ ਕੋਈ ਪੀਰ ਫਕੀਰ ਦਰਵੇਸ਼, ਕੋਈ ਕਹਿੰਦਾ ਪ੍ਰਤੱਖ ਖੁਦਾ, ਕੋਈ ਕਹਿੰਦਾ ਇਹ ਤਾਂ ਆਪ ਕੋਈ ਰੱਬੀ ਪਿਆਰਾ ਸੰਤ ਹੈ। ਜਿਵੇਂ ਜਿਵੇਂ ਕਿਸੇ ਨੂੰ ਸੋਝੀ ਪਏ ਕੋਈ ਬੋਲ ਰਿਹਾ ਹੈ ਤੇ ਗੁਰੂ ਦੀ ਅਜ਼ਮਤ ਨੇ ਇੱਕ ਵਾਰੀ ਸਭਨਾ ਦੇ ਮਨ ਮੋਹ ਲਏ ਖਾਨ। ਇਤਨੇ ਮੈਂ ਬਾਬਰ ਚੱਲ ਆਇਓ ਚਰਨ ਕਮਲ ਪਰ ਸੀਸ ਨਵਾਇਓ। ਕਹਿੰਦੇ ਬਾਬਰ ਵੀ ਸਤਿਗੁਰੂ ਨੂੰ ਵੇਖਦਾ ਤੇ ਦੰਗ ਹੁੰਦਾ, ਇੱਕ ਵਾਰੀ ਨਾ ਚਾਹੁੰਦਿਆਂ ਵੀ ਇਹਦਾ ਸਿਜਦਾ ਹੋਇਆ। ਸ੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ। ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਦੇਖਿਆ ਤੇ ਮਹਾਰਾਜ ਅਗੰਮੀ ਅਕਹਿ ਰਸ ਵਿੱਚ ਰੱਤੇ ਪਾਤਸ਼ਾਹ ਜੀ, ਜੋ ਚੋਜੀ ਦਾ ਚੋਜ ਸੀ ਸਤਿਗੁਰੂ ਕਰਤੇ ਦੇ ਮੁਖਾਤਬ ਹੁੰਦਿਆਂ ਤੇ ਉਹਦੀ ਸਿਫਤ ਵਿੱਚ ਫਿਰ ਧੁਰ ਦੀ ਬਾਣੀ ਦਾ ਸ਼ਬਦ ਉਚਾਰਦੇ ਨੇ। ਸਭ ਲੋਕਣ ਕੀ ਜਸ ਦਸ਼ਮ ਬਸ ਤਬ ਦੀਨ ਸੁਣਾਏ। ਜੋ ਅਹਿਮਨਾਬਾਦ ਵਿੱਚ ਬਾਬਰ ਦੀ ਕੈਦ ਸਜ਼ਾ ਦੁੱਖ ਭੋਗਦਿਆਂ ਲੋਕਾਂ ਦਾ ਹਾਲ ਹੋਇਆ, ਜੋ ਬਾਅਦ ਵਿੱਚ ਉਹਦੇ ਹਮਲੇ ਤੋਂ ਦੁਨੀਆਂ ਵਿੱਚ ਵੇਖਿਆ ਇਹਨਾਂ ਨਾਲ ਵਾਪਰਿਆ, ਸਤਿਗੁਰੂ ਨੇ ਉਹ ਸਾਰੀ ਕਥਾ ਆਪਣੀ ਅੰਮ੍ਰਿਤ ਰਸਨਾ ਤੋਂ ਇਸ ਪਾਵਨ ਬਾਣੀ ਦੇ ਸ਼ਬਦ ਰਾਹੀਂ ਦੱਸ ਦਿੱਤੇ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਬਚਨ ਅਸ਼ਟਪਦੀ ਦੇ ਰੂਪ ਵਿੱਚ ਹੈ। ਤੀਸਰੇ ਘਰ ਵਿੱਚ ਗਾਇਨ ਦੀ ਸਾਹਿਬ ਨੇ ਤਾਕੀਦ ਕੀਤੀ। ਇੱਕ ਓਅੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓਅੰਕਾਰ ਦਾ ਅਰਥ ਉਹ ਕਣ ਕਣ ਵਿੱਚ ਰਮਿਆ, ਸਭ ਥਾਵਾਂ ਤੇ ਉਹ ਇੱਕ ਰਸ ਸਮਾਇਆ ਹੋਇਆ। ਗੁਰੂ ਦੀ ਕਿਰਪਾ ਸਤਿਗੁਰ ਪ੍ਰਸਾਦ, ਪ੍ਰਸਾਦ ਦਾ ਮਤਲਬ ਬਖਸ਼ਿਸ਼, ਕਿਰਪਾ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਜਿਨ ਸਿਰ ਸੋਹਣ ਪੱਟੀਆ ਮੰਗੀ ਪਾਏ ਸੰਧੂਰ। ਇਹ ਮੰਗਲ ਹੈ ਸ਼ਬਦ ਤੋਂ ਪਹਿਲਾਂ, ਤੇ ਧਿਆਨ ਰੱਖਿਓ ਇਹ ਮੰਗਲ ਦਰਜ ਕੀਤੇ ਸਾਰੇ ਗੁਰੂ ਅਰਜੁਨ ਸਾਹਿਬ ਜੀ ਨੇ। ਜਦੋਂ ਰਾਮਸਰ ਸਤਿਗੁਰੂ ਬਾਣੀ ਲਿਖਵਾਉਂਦੇ ਨੇ ਭਾਈ ਗੁਰਦਾਸ ਸਾਹਿਬ ਲਿਖਾਰੀ ਕਣ, ਉਸ ਵੇਲੇ ਇਹ ਸ਼ਬਦਾਂ ਦੇ ਨਾਲ ਰਾਗਾਂ ਦੇ ਨਾਲ ਜਿਤਨੇ ਮੰਗਲ ਦਰਜ ਕੀਤੇ ਇਹ ਗੁਰੂ ਅਰਜੁਨ ਸਾਹਿਬ ਦਰਜ ਕਰ ਰਹੇ ਨੇ। ਸ਼ਬਦ ਆਰੰਭ ਹੁੰਦਾ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ। ਮਹਾਰਾਜ ਵੇਖਦੇ ਪਏ ਨੇ ਉਹਨਾਂ ਰਾਣੀਆਂ ਦਾ ਹਾਲ, ਉਹਨਾਂ ਪਠਾਣੀਆਂ ਦਾ ਹਾਲ ਜਿਨ੍ਹਾਂ ਦੇ ਸਿਰ ਤੇ ਕਦੀ ਵਾਲਾਂ ਦੀਆਂ ਪੱਟੀਆਂ ਗੁੰਦੀਆਂ ਸ਼ੋਭਦੀਆਂ ਸਨ, ਜਿਨ੍ਹਾਂ ਦੀਆਂ ਮੰਗਾਂ ਕਦੀ ਇੱਥੇ ਵਿਆਹੀਆਂ ਆਈਆਂ ਤੇ ਸੰਧੂਰਾਂ ਦੀਆਂ ਭਰੀਆਂ ਸਨ। ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਬਾਬਰ ਨੇ ਹਮਲਾ ਕੀਤਾ ਤੇ ਇਹਦੇ ਜਿਹੜੇ ਅਹਿਲਕਾਰ ਸਨ ਉਹਨਾਂ ਉਹ ਵਾਲ ਵੀ ਕੱਟ ਦਿੱਤੇ ਉਹਨਾਂ ਰਾਣੀਆਂ ਦੇ, ਉਹਨਾਂ ਦੇ ਗਲੇ ਰੁਲ ਕੇ ਖੇ ਨਾਲ ਧੂੜ ਦੇ ਨਾਲ ਭਰ ਗਏ। ਉਹਨਾਂ ਦੇ ਰੁਦਨ ਜਿਹੜੇ ਕੰਠ ਸਨ ਉਹ ਘੱਟੇ ਮਿੱਟੀ ਦੇ ਵਿੱਚ ਲਿਬੜ ਚੁੱਕੇ ਹਨ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਮਹਾਰਾਜ ਇਸ ਸੱਚ ਨੂੰ ਬਿਆਨ ਕਰਦੇ ਕਹਿੰਦੇ ਨੇ ਵੇਖੋ ਏ, ਕੱਲ ਤੱਕ ਇਹ ਮਹਿਲਾਂ ਦੀਆਂ ਮਾਲਕਣਾਂ ਸਨ, ਇਹ ਅਹਿਮਨਾਬਾਦ ਇਹਨਾਂ ਦਾ ਸੀ, ਮਹੱਲਾਂ ਤਾਜਾਂ ਤਖਤਾਂ ਦੇ ਮਾਲਕ ਸਨ ਇਹ, ਪਰ ਅੱਜ ਖੇਡ ਉਲਟ ਹੋ ਗਈ।
ਬਾਬਰ ਦਾ ਹਮਲਾ, ਬਾਬਰ ਮਾਲਕ ਬਣ ਕੇ ਬੈਠਾ ਤੇ ਮਹਿਲਾਂ ਵਾਲਿਆਂ ਨੂੰ ਇਹਨਾਂ ਦੇ ਮਹਿਲਾਂ ਦੇ ਨੇੜੇ ਵੀ ਕੋਈ ਢੁਕਣ ਨਹੀਂ ਦਿੰਦਾ। ਹੁਣ ਕੱਲ ਤੱਕ ਇਹ ਮਾਲਕ ਸਨ, ਅੱਜ ਉਹਦੀ ਦੋਈ ਫਿਰੇ ਤੇ ਹੁਣ ਇਹ ਮਹਿਲਾਂ ਦੇ ਨੇੜੇ ਵੀ ਨਹੀਂ ਹੋ ਸਕਦੀਆਂ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ਼। ਇਹ ਰਹਾਉ ਦਾ ਪਦ ਹੈ, ਸਤਿਗੁਰੂ ਕਹਿੰਦੇ ਦਾਤਿਆ ਤੈਨੂੰ ਨਮਸਕਾਰ, ਆਦੇਸ਼ ਹੈ ਸਿਜਦਾ ਤੈਨੂੰ ਮੇਰਾ, ਵੱਡਾ ਤੂੰ ਪਰਮਾਤਮਾ, ਤੇਰੇ ਰੂਪ ਰੰਗ ਨਿਆਰੇ ਨੇ, ਤੂੰ ਕਿਹੜੇ ਕਿਹੜੇ ਰੂਪ ਕਰ ਕਰਕੇ ਵੇਖਣਾ ਪਿਆ, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ਼। ਕਿ ਆਦ ਤੋਂ ਸੱਚੇ ਕਰਤੇ ਪੁਰਖ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਇੱਧਰ ਵੀ ਵੇਖਣਾ ਤੇ ਤਾਂ ਵੀ ਤੈਨੂੰ ਨਮਸਕਾਰ ਕਰਨਾ, ਕੀਤੀ ਨਮਸਕਾਰ ਹੀ ਉਹਦੇ ਹੁਕਮ ਵਿੱਚ। ਸਤਿਗੁਰੂ ਕਹਿੰਦੇ ਨੇ ਜੇ ਮੂਰਖ ਖਣ ਅਗਿਆਨੀ ਖਣ ਤਾਂ ਵੀ ਤੇਰਾ ਪਾਰਾ ਵਾਰ ਨਹੀਂ ਪੈ ਸਕਦਾ, ਜੇ ਤੈਨੂੰ ਭਾਂਦਾ ਤੇਰੀ ਰਜਾ ਤੇ ਤੈਨੂੰ ਇਹ ਚੰਗਾ ਲੱਗ ਰਿਹਾ ਤੇ ਮੈਨੂੰ ਵੀ ਪਰਵਾਹ ਨਹੀਂ। ਇੱਥੇ ਵੀ ਸਤਿਗੁਰੂ ਕਹਿੰਦੇ ਨੇ ਆਦੇਸ਼ ਹੈ ਤੈਨੂੰ ਨਮਸਕਾਰ ਹੈ ਸਾਡੀ, ਤੇਰੇ ਕਿਹੜੇ ਕਿਹੜੇ ਰੰਗ ਨੇ ਰੂਪ ਨੇ, ਕੀ ਤੇਰੇ ਚੋਜ ਨੇ ਤੇ ਕੀ ਕਰ ਕਰ ਤੂੰ ਵੇਖ ਰਿਹਾ। ਦਾਤਾ ਤੇਰੀ ਇਸ ਖੇਡ ਦਾ, ਤੇਰੀ ਸਮਰੱਥਾ ਦਾ ਕਿਸੇ ਥਾਂ ਨਹੀਂ ਪਾਇਆ। ਰਹਾ ਜਦੋਂ ਸੀਆ ਵੀ ਆਹੀ ਲਾੜੇ ਸੋਹਣ ਪਾਸ। ਅੱਜ ਮਹਾਰਾਜ ਕਹਿੰਦੇ ਜਿਹੜੀਆਂ ਆ ਬਾਬਰ ਦੀਆਂ ਚੱਕੀਆਂ ਪੀਂਦੀਆਂ ਨੇ, ਜਦੋਂ ਇਹ ਰਾਣੀਆਂ ਵਿਆਹੀਆਂ ਆਈਆਂ ਸਨ ਪਠਾਣੀਆਂ ਅਹਿਮਨਾਬਾਦ, ਇਹਨਾਂ ਦੇ ਰਾਜਕੁਮਾਰ ਲਾੜੇ ਜਿਹੜੇ ਸਨ ਉਹ ਤਾਕਤਵਾਰੀ ਜ਼ਰਵਾਣੇ ਜਿਹੜੇ ਸਨ, ਕੋਲ ਸ਼ੋਭਾ ਪਾਉਂਦੇ ਸਨ। ਹੇ ਡੋਲੀ ਚੜ ਆਈ ਦੰਦ ਖੰਡ ਕੀਤੇ ਰਾਸ, ਡੋਲੀਆਂ ਤੇ ਚੜ ਕੇ ਆਈਆਂ ਸਨ ਤੇ ਬੜੇ ਸਾਜੋ ਸ਼ਿੰਗਾਰ ਕੀਤੇ ਹੋਏ ਸਨ। ਉਪਰੋਂ ਪਾਣੀ ਵਾਰੀ ਚੱਲੇ ਚਿਮਕਣ ਪਾਸ। ਮਹਾਰਾਜ ਕਹਿੰਦੇ ਇਹਨਾਂ ਦੇ ਸਾਰੇ ਸਗਨ ਹੋਏ ਨੇ, ਜਦੋਂ ਵਿਆਹੀਆਂ ਆਈਆਂ ਇਹਨਾਂ ਦੇ ਸਿਰਾਂ ਤੋਂ ਪਾਣੀ ਵਾਰੇ ਗਏ, ਇਹਨਾਂ ਦੇ ਸ਼ਿੰਗਾਰ ਸ਼ੋਭਾ ਪਾ ਰਹੇ ਸਨ। ਇੱਕ ਲੱਖ ਲਹਿਣ ਬੈਠੀਆ ਲੱਖ ਲਹਿਣ ਖੜੀਆ, ਤੇ ਉਦੋਂ ਇਹਨਾਂ ਦੇ ਸ਼ਗਨ ਬੜੇ ਸਨ, ਬੈਠਣ ਦੇ ਸ਼ਗਨ ਲੱਖ ਵੱਖਰੇ ਸਨ, ਖਲੋਣ ਦੇ ਸ਼ਗਨ ਲੱਖਾਂ ਵੱਖਰੇ ਸਨ। ਗਰੇ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆ। ਸਤਿਗੁਰੂ ਅੱਜ ਵੇਖਦੇ ਨੇ ਕਿ ਕਦੀ ਇਹਨਾਂ ਨੂੰ ਰੱਬ ਚੇਤਾ ਹੀ ਨਹੀਂ ਸੀ, ਗਰੀਆਂ ਸ਼ੁਹਾਰੇ ਖਾਂਦੀਆਂ ਸਨ, ਸੋਹਣੀਆਂ ਸੇਜਾ ਸਨ, ਪਰ ਇਹ ਕੁਝ ਹੀ ਕੱਲਾ ਯਾਦ ਸੀ, ਪਰਮਾਤਮਾ ਚੇਤੇ ਤੱਕ ਨਹੀਂ। ਤਿੰਨ ਗੜ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆ। ਅੱਜ ਵੇਖੋ ਜਿਨ੍ਹਾਂ ਦੇ ਗਲਾਂ ਵਿੱਚ ਹਾਰ ਪਏ ਸਨ, ਗਹਿਣੇ ਸਨ, ਉਹਨਾਂ ਦੇ ਗਲਾਂ ਵਿੱਚ ਬੰਧਨ ਫਾਈਆਂ ਪਾਈਆਂ ਗਈਆਂ ਨੇ, ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਗਿਆ, ਉਹਨਾਂ ਨੂੰ ਅੱਜ ਬਾਬਰ ਦੇ ਅਹਿਲਕਾਰ ਸਜਾਵਾਂ ਦੇ ਰਹੇ ਕੰਨ। ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ। ਕਹਿੰਦੇ ਨੇ ਦਾਤਿਆ ਇਹਨਾਂ ਦਾ ਤੇ ਧਨ ਤੇ ਜੋਬਨ ਹੀ ਵੈਰੀ ਬਣ ਗਿਆ। ਸਮਝਿਓ ਬੇਨਤੀ ਨੂੰ, ਖਸਮ ਵਿਸਾਰ ਕੀਏ ਰਸ ਭੋਗ, ਉਹ ਹੀ ਵੈਰੀ ਬਣ ਗਏ। ਤਾਂ ਧਨ ਊਠ ਖਲੋਏ ਰੋਗ, ਜਾਂ ਪਰਮੇਸ਼ਰ ਤੇ ਭੁੱਲਿਆ, ਉਹ ਜਿਹੜਾ ਭੁੱਲਣਾ ਸੀ ਤੇ ਭੁੱਲ ਕੇ ਜਿਹੜੇ ਭੋਗ ਭੋਗੇ ਉਹ ਭੋਗ ਸਾਧ ਹੀ ਰੋਗ ਬਣ ਗਏ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਕੀ ਹੋ ਗਿਆ ਖਿਨਮੈ ਕੌੜੇ ਹੋਏ ਗਏ। ਜਿੱਤੜੇ ਜਿੰਨੇ ਵੀ ਭੋਗ ਭੋਗੇ ਮਾਇਆ ਭੋਗ, ਉਹੀ ਜ਼ਹਿਰ ਬਣ ਕੇ ਵੈਰੀ ਬਣ ਕੇ ਸਾਹਮਣੇ ਖਲੋ ਗਏ। ਮਹਾਰਾਜ ਕਹਿੰਦੇ ਨੇ ਭੋਗੰਗ ਤਾਂ ਰੋਗੰਗ, ਜਿਨ੍ਹਾਂ ਭੋਗਾਂ ਨੂੰ ਭੋਗਦਿਆਂ ਰੱਬ ਭੁੱਲ ਗਿਆ, ਜਿਨ੍ਹਾਂ ਪਦਾਰਥਾਂ ਦੇ ਵਿੱਚ ਖਚਤ ਹੋ ਕੇ ਬੰਦਗੀ ਭੁੱਲ ਗਈ, ਸਿਮਰਨ ਭੁੱਲ ਗਿਆ, ਮਹਾਰਾਜ ਕਹਿੰਦੇ ਉਹ ਭੋਗ ਹੀ ਮਨੁੱਖ ਦਾ ਇੱਕ ਦਿਨ ਰੋਗ ਬਣ ਗਏ, ਉਹਦੇ ਵਿੱਚੋਂ ਹੀ ਮਨੁੱਖ ਦੇ ਜੀਵਨ ਵਿੱਚ ਖੁਆਰੀ ਨਿਕਲੀ। ਸਤਿਗੁਰੂ ਵੀ ਅੱਜ ਕਹਿੰਦੇ ਨੇ ਕਦੀ ਮਾਲਕ ਨਾ ਸਨ, ਇਹਨਾਂ ਨੂੰ ਪੁੱਛਿਆ ਜਾਂਦਾ ਸੀ, ਇਹਨਾਂ ਦੇ ਸ਼ਗਨ ਬੜੇ ਸਨ। ਸਤਿਗੁਰੂ ਕਹਿੰਦੇ ਰੱਬਾ
ਇਹਨਾਂ ਦੇ ਸੋਖੀ ਇਹਨਾਂ ਦੇ ਵੈਰੀ ਬਣ ਗਏ। ਕਿਉਂਕਿ ਜੇ ਪਹਿਲਾਂ ਚੇਤਾ ਕੀਤਾ ਹੁੰਦਾ, ਸਿਮਰਿਆ ਹੁੰਦਾ, ਸੰਭਾਲਿਆ ਹੁੰਦਾ ਤੇ ਕਰਮ ਤਬਦੀਲ ਹੋ ਜਾਂਦੇ, ਪਰ ਨਹੀਂ ਤੇ ਆਇਆ। ਸਾਹਿਬ ਕਹਿੰਦੇ ਧਨ ਜੋਬਨ ਦੌਲਤ ਤੇ ਜਵਾਨੀ ਉਹਨੇ ਨਾ ਖਵਾਰ ਕੀਤਾ, ਉਹ ਵੈਰੀ ਬਣ ਗਏ, ਦੋਏ ਵੈਰੀ ਹੋਏ। ਜਿੰਨੀ ਰੱਖੇ ਰੰਗ ਲਾਏ, ਜਿੰਨਾ ਰੰਗ ਤਮਾਸ਼ਿਆਂ ਵਿੱਚ ਲਾ ਕੇ ਰੱਖਿਆ ਹੋਇਆ ਸੀ, ਧਨ ਪਦਾਰਥ ਸਨ ਉਹਦੇ ਰੰਗ ਤਮਾਸ਼ੇ ਬੜੇ ਖੇਡੇ, ਜਵਾਨੀ ਸੀ ਉਹਦਾ ਹੰਕਾਰ ਬੜਾ ਸੀ, ਪਰ ਅੱਜ ਉਹ ਦੋਵੇਂ ਚੀਜ਼ਾਂ ਵੈਰੀ ਬਣ ਚੁੱਕੀਆਂ ਹਨ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਬਾਬਰ ਦੇ ਜਿਹੜੇ ਅਹਿਲਕਾਰ ਸਨ ਉਹ ਦੂਤ ਬਣ ਕੇ ਆਏ, ਜਿਵੇਂ ਜਮ ਦੂਤ ਆਉਂਦੇ ਨੇ ਨਾ, ਮੌਤ ਆਏ ਤੇ ਉਹ ਸੱਦ ਲਾਉਂਦੇ ਨੇ। ਕਹਿੰਦੇ ਤਾਂ ਜਿਉਂਦਿਆਂ ਹੀ ਉਹਦੇ ਜਿਹੜੇ ਅਹਿਲਕਾਰ ਦੂਤ ਬਣ ਕੇ ਆਏ ਤੇ ਇਹਨਾਂ ਬਚੀਆਂ ਹੋਈਆਂ ਨੂੰ ਕੈਦ ਪਾ ਕੇ ਪਕੜ ਕੇ ਲੈ ਆਏ ਹਨ। ਜੇ ਤਿਸ ਪਾਵੈ ਦੇ ਵਡਿਆਈ, ਜੇ ਪਾਵੈ ਦੇ ਸਜਾਏ। ਕਹਿੰਦੇ ਹੇ ਮਾਲਕ ਜੀ, ਜੇ ਤੈਨੂੰ ਭਾਏ ਕਿਸੇ ਨੂੰ ਵਡਿਆਈ ਦੇਣਾ, ਤੇਰੇ ਹੁਕਮ ਵਿੱਚ ਪ੍ਰਭਤਾ ਹੈ, ਜਿਵੇਂ ਤੇਰੀ ਰਜਾ ਹੋਵੇ ਤੇ ਕਿਸੇ ਤੋਂ ਵਡਿਆਈ ਖੋ ਵੀ ਲੈਣਾ, ਭਾਵੇਂ ਨਾ ਜੋ ਅਸਮਾਨ ਨਾ ਮਾਵਈ ਤਿੰਨ ਨੱਕ ਨੱਥਾਂ ਪਾਏ। ਚੋਕਣਾ ਵੀ ਤੂੰ ਆਪ ਹੀ ਹੈ ਨਾ, ਵਡਿਆਈ ਦੇ ਕੇ ਉੱਚੀਆਂ ਕਰ ਦੇਣਾ, ਤੇ ਜਦੋਂ ਕੋਈ ਵਡਿਆਈ ਨੂੰ ਹੰਕਾਰ ਵਿੱਚ ਲੈ ਜਾਂਦਾ ਤੇ ਰੱਬਾ ਤੇਰੇ ਹੱਥ ਵਿੱਚ ਨਕੇਲ ਹੈ, ਨੱਕ ਨੱਥ ਖਸਮ ਹੱਥ ਹੈ। ਇਹ ਪੜ੍ਹਨੇ ਆ ਪੰਕਤੀ, ਜੇ ਨੱਕ ਨੱਥ ਹੈ ਤੇ ਹੱਥ ਖਸਮ ਦੇ ਵਿੱਚ, ਕਹਿੰਦੇ ਫਿਰ ਜਿਹਨੂੰ ਤੂੰ ਵਡਿਆਈ ਦੇ ਕੇ ਉੱਚੀਆਂ ਕਰੇ ਤੇ ਉਹਨੂੰ ਹੰਕਾਰ ਹੋ ਜਾਏ ਤੇ ਆਪਣਾ ਆਪ ਬੰਦਾ ਭੁੱਲ ਜਾਏ, ਮਾਲਕ ਕਹਿੰਦੇ ਨੇ ਤੇਰੇ ਹੱਥ ਵਿੱਚ ਸਮਰੱਥ ਹੈ, ਤੂੰ ਨਕੇਲ ਖਿੱਚ ਕੇ ਉਹਨਾਂ ਨੂੰ ਧਰਤੀ ਵੀ ਡੇਗ ਲੈਣਾ ਹੈ, ਤਿੰਨ ਨੱਕ ਨੱਥਾਂ ਪਾਏ ਨੱਥ ਵੀ ਲੈਣਾ। ਕਹਿੰਦੇ ਤੇਰੀ ਮੌਜ ਹੈ, ਤੇਰੀ ਰਜਾ ਹੈ, ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ। ਕਹਿੰਦੇ ਇੱਕ ਆਰਾਮ ਨਾਲ ਸੁੱਤੇ ਨੇ, ਉਹ ਵੀ ਤੇਰੀ ਰਜਾ ਵਿੱਚ ਖੜ, ਇੱਕ ਵਿਚਾਰੇ ਉਹਨਾਂ ਦੀ ਚਾਕਰੀ ਖਲੋ ਕੇ ਪਹਿਰੇਦਾਰੀ ਕਰਦੇ ਪਏ ਨੇ, ਹੈ ਉਹ ਵੀ ਤੇਰਾ ਹੁਕਮ। ਇੱਕ ਸੁੱਤੇ ਨੇ ਬੜੀ ਆਰਾਮ ਦੀ ਨੀਂਦ ਭੋਗਦੇ ਪਏ ਨੇ, ਇੱਕ ਉੱਤੇ ਸਾਵਧਾਨ ਖਲੋਤੇ ਉਹਨਾਂ ਦੀ ਰਾਖੀ ਕਰਦੇ ਪਏ ਨੇ, ਦੋਵੇਂ ਤੇਰੇ ਨੇ ਨਾ, ਸੁੱਤਾ ਵੀ ਤੇ ਰਾਖੀ ਕਰਨ ਵਾਲਾ ਵੀ। ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ, ਜਿਨ੍ਹਾਂ ਸਵਾਰੇ ਨਾਨਕਾ ਜਿਨ ਕਹੋ ਨਦਰ ਕਰੇ, ਤੇ ਜਿਨ੍ਹਾਂ ਤੇ ਤੇਰੀ ਦ੍ਰਿਸ਼ਟ ਵਰਤ ਜਾਂਦੀ ਏ ਉਹਨਾਂ ਨੂੰ ਤੂੰ ਅੰਦਰੋਂ ਰੰਗ ਕੇ ਸਵਾਰ ਦੇਣਾ ਹੈ। ਇੱਥੇ ਵੀ ਮਹਾਰਾਜ ਕਹਿੰਦੇ ਨੇ ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਏ। ਕਹਿੰਦੇ ਜੇ ਤੈਨੂੰ ਭਾਏ ਕਿਸੇ ਨੂੰ ਤੂੰ ਵਡਿਆਈ ਬਖਸ਼ਣਾ ਤੇ ਕੋਈ ਤੇਰੇ ਦਾਤਿਆ ਹੱਥੋਂ ਸਜ਼ਾ ਵੀ ਪਾਉਂਦਾ ਉਹ ਕਰਮ ਭੋਗ ਰਿਹਾ ਹੈ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇ ਤੂੰ ਮਿਲੈ ਸਜਾਏ। ਇੱਥੇ ਮਹਾਰਾਜ ਨਿਰਣਾ ਵੀ ਦੇ ਰਹੇ ਨੇ ਜੀ, ਅੱਗੋਂ ਦੇ ਜੇ ਚੇਤੀ ਹੈ, ਅੱਗੋਂ ਦਾ ਅਰਥ ਪਹਿਲਾਂ, ਜੇ ਚੇਤੀ ਹੈ। ਕਹਿੰਦੇ ਜੇ ਪਹਿਲਾਂ ਰੱਬ ਚੇਤਾ ਕੀਤਾ ਹੁੰਦਾ, ਉਹਦੀ ਯਾਦ ਵਿੱਚ ਜੁੜੇ ਹੁੰਦੇ ਤਾਂ ਕਾਇਤ ਫਿਰ ਕਾਹਦੀ ਸਜ਼ਾ, ਇਹ ਸਜ਼ਾ ਨਾ ਮਿਲਦੀ। ਇਹਨੂੰ ਇਸ ਪੰਕਤੀ ਨੂੰ ਸਮਝਿਓ ਥੋੜਾ ਜਿਹਾ, ਕਿਉਂਕਿ ਕਰਮ ਫਿਲਾਸਫੀ ਹੈ ਗੁਰੂ ਨਾਨਕ ਦੇ ਘਰ, ਪਰ ਇੱਥੇ ਕਰਮ ਮਿਟਦੇ ਵੀ ਨੇ, ਕਰਮ ਬਣਦੇ ਵੀ ਨੇ। ਮੰਦੇ ਮੇਟਦਾ ਵੀ ਹੈ ਮੇਰਾ ਦਾਤਾ, ਉਹਦੀ ਨਦਰ ਮਾੜੇ ਮੁਕਾਉਂਦੀ ਵੀ ਹੈ, ਮਾੜੇ ਮੁਕਾ ਕੇ ਚੰਗੇ ਬਣਾਉਂਦੀ ਵੀ ਹੈ ਉਹਦੀ ਨਦਰ। ਕਰਮ ਮਿਟਦਾ ਵੀ ਹੈ, ਮੰਦਾ ਮਿਟ ਜਾਂਦਾ ਗੁਰੂ ਦੀ ਦ੍ਰਿਸ਼ਟ ਪੈ ਜਾਏ, ਚੰਗਾ ਪ੍ਰਗਟ ਹੋ ਜਾਂਦਾ। ਦੋਨੋਂ ਸ਼ਬਦ ਮੈਂ ਆਪ ਜੀ ਦੇ ਫਰਮਾਨ ਪੜ੍ਹ ਦੇਣਾ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹਦੀ ਕਿਰਪਾ ਦੀ ਦ੍ਰਿਸ਼ਟ ਪੈ ਜਾਏ ਤੇ ਉਹ ਕਰਮ ਕਰਕੇ ਕਰਮ ਨੂੰ ਮੇਟ ਦਿੰਦਾ, ਕਰਮ ਕਿਰਪਾ ਕਰਕੇ ਉਹ ਕਰਮ ਖਤਮ ਕਰ ਦੇ ਦਿੰਦਾ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂੰ, ਮੇਟ ਦਿੱਤਾ ਸਭ ਕੁਛ। ਕਹਿੰਦੇ ਜਿਹਦਾ ਹਰ ਪਾਸੇ ਹੁਕਮ ਚੱਲਦਾ ਪਿਆ, ਜਦੋਂ ਉਹਨੇ ਕਿਰਪਾ ਦੀ ਦ੍ਰਿਸ਼ਟ ਭਰ ਕੇ ਦੇਖਿਆ
ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦੀ ਭਰੀ ਨਜ਼ਰ ਨਾਲ ਜਦੋਂ ਆਪਣੇ ਦਾਸ ਨੂੰ ਵੇਖਿਆ, ਦਾਸ ਕਾ ਦੁੱਖ ਵਿਦਾਰਿਓ, ਆਪਣੇ ਦਾਸ ਦੇ ਦੁੱਖਾਂ ਨੂੰ ਨਾਸ਼ ਕਰ ਦਿੱਤਾ। ਦੁੱਖ ਉਹਦਾ ਕਰਮ ਸੀ, ਪਰ ਉਹਦੀ ਨਜ਼ਰ ਨੇ ਉਹ ਵੀ ਮੇਟ ਦਿੱਤਾ, ਮੁਕਾ ਕੇ ਰੱਖ ਦਿੱਤਾ। ਤੇ ਦੂਜੇ ਪਾਸੇ ਮਹਾਰਾਜ ਕਹਿੰਦੇ, ਜੇ ਭੁੱਲਿਆ ਹੋਵੇ ਇਹ ਵੀ ਸੱਚ ਹੈ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਬੀਜ ਰਿਹਾ ਤੇ ਕੱਟ ਵੀ ਰਿਹਾ। ਸਤਿਗੁਰੂ ਇੱਕ ਹੋਰ ਬਚਨ ਵਰਤਦੇ ਹਨ, ਮਹਾਰਾਜ ਜੀ ਕਹਿੰਦੇ ਨੇ, ਕੁਛ ਉਹ ਨੇ ਜਿਹੜੇ ਇੰਨਾ ਉੱਤਮ ਕਰਮ ਕਮਾ ਕੇ ਜੀਵਨ ਮਨੁੱਖਾਂ ਪ੍ਰਾਪਤ ਕਰਦੇ ਨੇ, ਫਿਰ ਪੂਰਬ ਦਾ ਵੀ ਕਿਤੇ ਪ੍ਰਗਟ ਹੋਵੇ ਤੇ ਫਿਰ ਉਹ ਪ੍ਰਗਟ ਹੋਇਆ ਵੀ ਗੁਰੂ ਨੂੰ ਮਿਲ ਲੈਂਦਾ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਤਾਂ ਭੇਟਿਓ ਪੁਰਖ ਰਸਕ ਬੈਰਾਗੀ। ਇੱਥੇ ਮਹਾਰਾਜ ਕਹਿੰਦੇ, ਅੱਗੋਂ ਜੇ ਪਹਿਲਾਂ ਕਰਤੇ ਨੂੰ ਚੇਤਿਆ ਹੁੰਦਾ ਤੇ ਫਿਰ ਆਹ ਸਜ਼ਾ ਆਹ ਦੁੱਖ ਕਿਉਂ ਮਿਲਦਾ। ਸਾਹਾ ਸੁਰਤ ਗਵਾਈ ਰੰਗ ਤਮਾਸ਼ਾ ਚਾਏ, ਕਹਿੰਦੇ ਨੇ ਇਹਨਾਂ ਰਾਜਿਆਂ ਨੇ ਆਪਣੀਆਂ ਹੋਸ਼ਾਂ ਗਵਾਲੀਆਂ ਸਨ, ਕਾਹਦੇ ਵਿੱਚ, ਰਾਜ ਭਾਗ ਦੇ ਨਸ਼ੇ ਵਿੱਚ। ਇੰਨੀ ਤਾਕਤ ਸੀ, ਉਸ ਤਾਕਤ ਦੇ ਮੱਧ ਹੰਕਾਰ ਅੰਦਰ ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਭਾਈ ਸੰਤੋਖ ਸਿੰਘ ਕਹਿੰਦੇ ਨੇ, ਬਾਬਰ ਬਾਣੀ ਫਿਰ ਗਈ। ਬਾਬਰ ਬਾਣੀ, ਹੁਣ ਕਈ ਵਾਰੀ ਨਾ ਜੀ ਇਹਨਾਂ ਸ਼ਬਦਾਂ ਨੂੰ ਵੀ ਕਿਹਾ ਜਾਂਦਾ ਵੀ ਬਾਬਰ ਬਾਣੀ ਦੇ ਸ਼ਬਦ, ਮੈਂ ਇੱਕ ਬੇਨਤੀ ਕਰਾਂ, ਨਹੀਂ, ਇਹ ਸ਼ਬਦ ਇਤਿਹਾਸ ਨਾਲ ਸੰਬੰਧਿਤ ਹਨ, ਪਰ ਇਹ ਸ਼ਬਦ ਤਾਂ ਧੁਰ ਦਰਗਾਹ ਦੇ ਗੁਰੂ ਨਾਨਕ ਸਾਹਿਬ ਦੀ ਰੱਬੀ ਬਾਣੀ ਹੈ। ਤਾਂ ਇੱਥੇ ਭਾਵ ਹੈ ਕਿ ਬਾਬਰ ਦਾ ਹੁਣ ਹੱਲਾ ਹੋਇਆ ਤੇ ਰਾਜ ਉਹਦਾ ਸਥਾਪਿਤ ਹੋ ਗਿਆ, ਹੁਣ ਸਤਾ ਬਦਲ ਗਈ। ਜਦੋਂ ਬਾਬਰ ਦਾ ਜ਼ੋਰ ਚੱਲਿਆ, ਬਾਣੀ ਫਿਰ ਗਈ ਦਾ ਮਤਲਬ ਵੀ ਦੋਈ ਫਿਰਦੀ ਪਈ ਉਹਦੀ। ਹੁਣ ਜਿੱਥੇ ਕਿੱਥੇ ਬਾਬਰ ਦਾ ਹੁਕਮ ਚੱਲ ਰਿਹਾ, ਜੋ ਬਾਬਰ ਕਹਿੰਦਾ ਉਹ ਸੱਚ ਹੋ ਰਿਹਾ, ਹੁਣ ਬਾਣੀ ਉਹਦੀ ਸੱਤ ਹੁੰਦੀ ਪਈ ਏ, ਪਰ ਉਹ ਬਾਣੀ ਦਾ ਮਤਲਬ ਤੁਰਕੀ ਬਾਣੀ ਨਹੀਂ। ਕਹਿੰਦੇ ਹੁਣ ਬਾਬਰ ਦੀ ਬਾਣੀ ਜਿਹੜੀ ਏ ਉਹਦੀ ਦੋਈ ਫਿਰ ਗਈ, ਉਹਦਾ ਰਾਜ ਆ ਗਿਆ। ਕੁਇਰ ਨਾ ਰੋਟੀ ਖਾਏ, ਕੁਇਰ ਦਾ ਅਰਥ ਰਾਜਕੁਮਾਰ, ਜਿਹੜੇ ਪਠਾਨ ਰਾਜਕੁਮਾਰ ਸਨ ਉਹਨਾਂ ਨੂੰ ਹੁਣ ਰੋਟੀ ਨਸੀਬ ਨਹੀਂ ਹੁੰਦੀ। ਪਹਿਲਾਂ ਮਾਲਕ ਸਨ, ਹੁਣ ਤਾਂ ਉਹ ਰੋਟੀ ਨੂੰ ਵੀ ਮੁਥਾਜ ਹੋ ਗਏ ਕੰਨ। ਇੱਕ ਨਾ ਵਕਤ ਖਵਾਈ ਹੈ, ਇੱਕ ਨਾ ਪੂਜਾ ਜਾਏ। ਕਹਿੰਦੇ ਨੇ ਕਈ ਤਾਂ ਵਕਤ ਪੰਜੇ ਉਹਦੀ ਪੂਜਾ ਵਿੱਚ, ਨਮਾਜ਼ ਵਿੱਚ ਖਾਣ, ਤੇ ਕਈ ਉਹਦੀ ਪੂਜਾ ਵਿੱਚ, ਪਰ ਉਹਨਾਂ ਸਭਨਾਂ ਦੇ ਅੱਜ ਇੱਥੇ ਪੂਜਾ ਵਾਲੇ ਵੀ ਨੇ, ਨਮਾਜ਼ੀ ਵੀ ਖਾਣ। ਕਹਿੰਦੇ ਸਾਰੇ ਵਕਤ ਗਵਾਚ ਗਏ ਉਹਨਾਂ ਦੇ, ਉਹਨਾਂ ਨੂੰ ਵੀ ਕਹਿੰਦੇ ਨੇ ਹੁਣ ਇਹ ਸਮਾਂ ਬਦਲ ਗਿਆ ਹੈ। ਚੌਕੇ ਵਿਣ ਹਿੰਦਵਾਣੀਆਂ, ਕਿਉਂ ਟਿੱਕੇ ਕੱਢੇ ਨਾਏ। ਮਹਾਰਾਜ ਕਹਿੰਦੇ ਨੇ ਕਈ ਜਿਹੜੇ ਹਿੰਦੂ ਵੀਰ ਸਨ ਉਹ ਚੌਂਕੇ ਲਿਪਦੇ ਸਨ, ਪਵਿੱਤਰ ਸੁੱਚੇ ਕਰਦੇ ਸਨ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁਣ ਕੀ ਕਰਨ, ਹੁਣ ਤਾਂ ਨਾ ਚੌਂਕੇ ਰਹੇ ਨਾ ਸੰਭਾਲਣ ਵਾਲੇ ਰਹੇ, ਹੁਣ ਤਾਂ ਗੱਲ ਹੀ ਕੱਲੀ ਇੱਥੇ ਬਾਬਰ ਦੀ ਦੋਹੀ ਦੀ ਹੈ। ਰਾਮ ਨਾ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੇ ਖੁਦਾਏ। ਕਹਿੰਦੇ ਪਹਿਲਾਂ ਕਦੀ ਰੱਬ ਨਹੀਂ ਚੇਤਿਆ, ਨਾ ਕਿਸੇ ਰਾਮ ਆਖਿਆ ਨਾ ਖੁਦਾ ਆਖਿਆ, ਪਹਿਲਾਂ ਸਿਮਰਿਆ ਹੀ ਨਹੀਂ, ਤੇ ਹੁਣ ਹਮਲਾ ਹੋ ਗਿਆ, ਹੁਣ ਮੌਕਾ ਹੀ ਨਹੀਂ ਬਣਿਆ, ਹੁਣ ਦੁੱਖ ਇੰਨੇ ਸਹਿੰਦੇ ਪਏ ਨੇ। ਹੁਣ ਵੀ ਖੁਦਾ ਕਰਤਾ ਉਹ ਰੱਬ ਨਿਰੰਕਾਰ ਇਹਨਾਂ ਨੂੰ ਯਾਦ ਨਹੀਂ। ਇੱਕ ਘਰ ਆਵਹਿ ਆਪਣੇ, ਇੱਕ ਮੇਲ ਮਿਲ ਪੁੱਛਹਿ ਸੁਖ। ਕਹਿੰਦੇ ਨੇ ਕਈ ਘਰ ਆਉਂਦੇ ਨੇ, ਮਿਲਦੇ ਵੀ ਕਣ, ਤੇ ਫਿਰ ਆ ਕੇ ਦੁੱਖ ਸੁਖ ਪੁੱਛਦੇ ਕਣ। ਇੱਕ ਨਾ ਇਹੋ ਲਿਖਿਆ, ਬਹਿ ਬਹਿ ਰੋ ਬਹਿ ਦੁੱਖ। ਕਈਆਂ ਦੇ ਇਹ ਹੀ ਲਿਖਿਆ ਹੋਇਆ ਤੇ ਉਹ ਬਹਿ ਕੇ ਦੁੱਖ ਵਿੱਚ ਹੀ ਰੋਂਦੇ ਹਨ, ਕਈ ਸ਼ੁਕਰ ਵਿੱਚ ਜੁੜਦੇ ਨੇ, ਕਈ ਇਸ ਗੱਲ ਦਾ ਗਿਲਾ ਕਰਕੇ ਦੁਖੀ ਹੋ ਕੇ ਝੁਰਦੇ ਹਨ। ਜੋ ਤਿਸ ਪਾਵੈ ਸੋ ਥੀਐ, ਨਾਨਕ ਕਿਆ ਮਨੁੱਖ। ਗੁਰੂ ਨਾਨਕ ਸਾਹਿਬ ਨੇ ਅੰਤ ਸ਼ਬਦ ਦੀ ਅਸ਼ਟਪਦੀ ਦੀ ਪੰਕਤੀ ਅਖੀਰ ਲਈ, ਕਹਿਣ ਲੱਗੇ, ਦਾਤਿਆ ਜੋ ਤੈਨੂੰ ਭਾਂਦਾ ਉਹ ਹੁੰਦਾ ਪਿਆ, ਕੀ ਵਿਚਾਰ ਹੈ ਮਨੁੱਖ ਤੇਰੇ ਅੱਗੇ।
ਪਰ ਇਸ ਪੰਗਤੀ ਦਾ ਮਤਲਬ ਇਹ ਨਹੀਂ ਧਿਆਨ ਰੱਖਿਓ। ਇੱਕ ਵਿਵਚਾਰੀ, ਇੱਕ ਪਾਪ ਕਰਮ ਕਰਨ ਵਾਲਾ, ਇੱਕ ਮੰਦਾ ਕਰਮ ਕਰਨ ਵਾਲਾ ਇਹ ਕਹਿ ਵੀ ਮੇਰੇ ਤਾਂ ਵਸ ਕੁਝ ਨਹੀਂ, ਮੇਰੇ ਤੋਂ ਤੇ ਰੱਬ ਮਾੜਾ ਕਰਵਾਉਂਦਾ ਪਿਆ। ਇੱਥੇ ਇੱਕ ਪੰਗਤੀ ਮੈਂ ਪੜ੍ਹ ਦੇਣਾ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਅਵਗਣ ਕਰੇ, ਕਾਹੇ ਕੀ ਕੁਸਲਾਤ ਖਾਤ ਦੀਪ ਕੁਵੇਂ ਭਰੇ। ਹੱਥ ਵਿੱਚ ਦੀਵਾ, ਰੱਬ ਦਾ ਤੇ ਹੁਕਮ ਸੀ, ਪਰਮਾਤਮਾ ਨੇ ਹੁਕਮ ਕੀਤਾ, ਤੈਨੂੰ ਖੂਹ ਦਿਸ ਗਿਆ। ਪਹਿਲਾ ਹੁਕਮ ਹੋਇਆ ਵੀ ਰੁਕ ਜਾ, ਉਹਦਾ ਹੁਕਮ ਸੀ, ਤੈਨੂੰ ਇੰਨੀ ਸੋਝੀ ਦਿੱਤੀ ਵੀ ਡਿੱਗਿਆ ਤੇਰਾ ਨੁਕਸਾਨ ਹੋਵੇਗਾ, ਉਹਦੇ ਹੁਕਮ ਹੈ ਨਾ। ਉਹਦਾ ਹੁਕਮ ਸੀ ਵੀ ਤੈਨੂੰ ਖੂਹ ਦਿਸਿਆ, ਤੂੰ ਰੁਕ ਗਿਆ। ਉਹਦਾ ਹੁਕਮ ਸੀ, ਉਹਨੇ ਤੇਰੇ ਇੱਕੋ ਦਮ ਧਿਆਨ ਵਿੱਚ ਗੱਲ ਲਿਆਂਦੀ ਵੀ ਜੇ ਅਗਾਂਹ ਤੁਰਿਆ ਡਿੱਗੇਗਾ, ਨੁਕਸਾਨ ਹੋਵੇਗਾ, ਤੇ ਜੇ ਤੂੰ ਇੰਨਾ ਕੁਝ ਹੁਕਮ ਨਾ ਮੰਨੇ ਤੇ ਫਿਰ ਜਿੱਦ ਕਰਕੇ ਕਹੇ ਵੀ ਚਲੋ ਜੇ ਉਹਦਾ ਹੁਕਮ ਹੋਵੇਗਾ ਬਚਾਲੇਗਾ, ਜੇ ਹੁਕਮ ਹੋਵੇਗਾ ਡੇਗ ਦੇਵੇਗਾ, ਖਿਮਾ ਕਰਿਓ। ਮੈਨੂੰ ਲੱਗਦਾ ਉਹ ਹੁਕਮ ਨਹੀਂ, ਉਹ ਮਨੁੱਖ ਦੀ ਮੂਰਖਤਾ ਹੈ। ਹਾਂ, ਜਿਹਨੂੰ ਦਿਸੇ ਨਾ, ਬੇਵਸ ਹੋਵੇ, ਉੱਥੇ ਸ਼ਬਦ ਢੁਕਦਾ ਬੇਵਸ ਉਹਦਾ ਹੁਕਮ ਸੀ। ਤੁਸੀਂ ਵੇਖੋ ਜਿਹਦੀਆਂ ਅੱਖਾਂ ਨਹੀਂ ਨਾ, ਜਦੋਂ ਉਹ ਬੰਦਾ ਡਿੱਗੇ ਤੇ ਸਾਰੇ ਚੁੱਕ ਕੇ ਹਮਦਰਦੀ ਕਰਦੇ ਨੇ, ਇਹਦੇ ਵਸ ਨਹੀਂ ਸੀ, ਦਿਸਿਆ ਨਹੀਂ। ਸੁਜਾਖੇ ਬੰਦੇ ਨੂੰ ਠੇਡਾ ਵੀ ਵੱਜ ਜਾਏ ਤੇ ਕੋਲ ਖਲੋਤਾ ਕਹਿੰਦਾ ਕੀ ਗੱਲ, ਅੰਨਾ ਹੋ ਗਿਆ, ਵੇਖ ਕੇ ਨਹੀਂ ਤੁਰਿਆ ਜਾਂਦਾ, ਤੈਨੂੰ ਨਜ਼ਰ ਨਹੀਂ ਪੈਂਦਾ, ਇੱਕ ਵਾਰੀ ਉਲਾਂਭਾ ਉਹਨੂੰ ਦਿੱਤਾ ਜਾਂਦਾ। ਹਾਲਾਂਕਿ ਉਹਦੀ ਬੇਧਿਆਨੀ ਵਿੱਚ ਠੇਡਾ ਵੱਜ ਜਾਏ ਤੇ ਕੋਲ ਖਲੋਤਾ ਕਹਿੰਦਾ ਤੈਨੂੰ ਦਿਸਦਾ ਨਹੀਂ ਇਹ ਗੱਲ, ਕਿਉਂ? ਕਿਉਂਕਿ ਉਹਦੇ ਕੋਲ ਅੱਖਾਂ ਹਨ, ਵੇਖ। ਮਹਾਰਾਜ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਇਹ ਤੇਰਾ ਹੁਕਮ ਮਨੁੱਖ ਦੀ, ਬੰਦੇ ਦੀ, ਤੇਰੇ ਅੱਗੇ ਕੋਈ ਸਮਰੱਥਾ, ਕੋਈ ਜ਼ੋਰ ਨਹੀਂ। ਸੁਣ ਕਰ ਬਾਬਰ ਖੜਾ ਅਗਾਰੀ, ਹੱਥ ਬੰਦ ਕੈ ਗਿਰਾ ਉਚਾਰੀ। ਇੰਨੀ ਗੱਲ ਸੁਣਦਿਆਂ ਸਾਰ ਬਾਬਰ ਸਤਿਗੁਰੂ ਦੇ ਸਾਹਮਣੇ ਹੱਥ ਜੋੜ ਕੇ ਖਲੋਤਾ। ਇਸ ਤੋਂ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਦੇ ਇਸ ਪਾਵਨ ਜੀਵਨ ਇਤਿਹਾਸ ਨੂੰ ਸਤਿਗੁਰੂ ਕਿਰਪਾ ਕਰਨ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰ ਸਕੀਏ ਗੁਰੂ ਨਦਰ ਦੁਆਰਾ। ਆਪ ਸੰਗਤ ਅਸੀਸ ਬਖਸ਼ਿਓ। ਬਾਣੀ ਪੜ੍ਹਦਿਆਂ, ਇਤਿਹਾਸ ਵਿਚਾਰਦਿਆਂ ਬੇਅੰਤ ਹੋਈਆਂ ਭੁੱਲਾਂ ਸਾਧ ਸੰਗਤ ਕਿਰਪਾ ਕਰਕੇ ਬਖਸ਼ਣੀਆਂ। ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਢਾਡੀ ਗਿਆਨੀ ਜਗਦੇਵ ਸਿੰਘ ਜੀ ਜਾਚਕ, ਉਹਨਾਂ ਦਾ ਢਾਡੀ ਜਥਾ ਆਪ ਜੀਆਂ ਨੂੰ ਆਉਣ ਵਾਲੇ ਸਮੇਂ ਵਾਸਤੇ ਗੁਰੂ ਜਸ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਾ ਰਿਹਾ ਹੈ। ਆਪ ਜੀ ਬੜੇ ਪਿਆਰ ਨਾਲ ਉਹਨਾਂ ਪਾਸੋਂ ਗੁਰੂ ਜਸ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।